जेआरपीए 1550 AM ते तुहाडा स्वागत है। मैं तुहाडा मेजबान हरजीत सिंह गिल। 12:19 होए ने 21 मई का दिन है, वरा 2021 का शुक्रवार है। 9 जेठ नानकशे संबत 553। अहलन वसहलन। अज की लोक सभा दे विच अहम घटनावां गल्लां बातां जी संगीत सुलग के मसले से गलबात होगी। एक खास गलबात शुरू दे विच ते उस तो बाद फिर आपां 20वीं सदी की सिख राजनीति की अगली कड़ी, उस तो बाद मेरा पिंड मेरे खेत दे विच अज पंजाब दे नाल अपना लगा जड़ा है वो की है, वो उदा मतलब की है, वो लगा सानू कित्थे तक लैके जाऊ, असी इसनू जे शब्दां च पाउणा होवे तां किवें पावांगे। 1-44-247-1550-1844-247-1550 ऑन एयर नंबर हैगा। लोक सत ते सारे प्रोग्राम यूट्यूब ते पाए हुंदे ने, जद भी तुसी प्रोग्राम तुहाडा फिल रह जाए तां यूट्यूब ते LOK लोक है ते सत SATH। उस समय जद शुरू कीता 7 वरे पहला लिखना पंजाबी चाहिदा सी, पर चलो पंजाबी फिर हर एक दे हथ च नहीं आउंदी, ਸਾਰਿਆਂ ਦਾ ਕੀ ਬੋਰਡ ਨਹੀਂ ਹੁੰਦਾ। LOKSAWTH ਪਾ ਕੇ ਸਾਰੀ ਕਹਾਣੀਆਂ ਸਾਰੀਆਂ ਦੀਆਂ ਸਾਰੀਆਂ 115 ਦੇ ਕਰੀਬ ਪੋਡਕਾਸਟ ਬਣਾ ਕੇ ਪਾਈਆਂ ਪਵਨ ਨੇ, ਕੋਈ ਵੀ ਕਹਾਣੀ ਤੁਸੀਂ ਸੁਣਨੀ ਉੱਥੇ ਸੁਣ ਸਕਦੇ ਹੋ। ਤੂੰ ਸ਼ੱਕਰ ਵਾਂਗੂ ਲੱਗਦੀ ਹੈ ਜਦ ਬੁੱਲਾਂ ਵਿੱਚੋਂ ਕਿਰਦੀ ਹੈ, ਤੂੰ ਛਿੰਝਾਂ ਘੋਲ ਅਖਾੜਿਆਂ ਵਿੱਚ ਵੀ ਤੱਬਾਂ ਉੱਤੇ ਫਿਰਦੀ, ਤੂੰ ਹਰ ਮੌਸਮ ਦੀ ਆਦੀ ਹੈ, ਤੂੰ ਅੱਜ ਨਹੀਂ ਤੂੰ ਚਿਰਦੀ ਹੈ, ਤੂੰ ਦੁੱਗਣੇ ਬਲ ਸੰਘ ਉੱਠਦੀਆਂ ਜਦ ਜਦ ਵੀ ਭੁੰਜੇ ਗਿਰਦੀਆਂ, ਤੂੰ ਪਿੱਪਲੀਆਂ ਦੀ ਰੌਣਕ ਹੈ, ਤੂੰ ਗਿੱਧਿਆਂ ਅੰਦਰ ਛਿੜਦੀਆਂ ਤੇ ਥੇਹਾਂ ਦਾ ਇੱਕ ਟੋਟਾ ਵੀ ਛਾਤੀ ਵਿੱਚ ਚੁੱਕੀ ਫਿਰਦੀਆਂ, ਤੂੰ ਅੱਖ ਜੰਡੀਆਂ ਚੋਂ ਨਿਕਲੀਆਂ, ਤੂੰ ਜੰਗਲੀ ਮਹਿਕਾਂ ਲੱਦੀ ਹੈ, ਤੂੰ ਸ਼ੰਕਾਂ ਖਾਖਾਂ ਨਿਸਰੀ ਹੈ, ਤੂੰ ਬਾਵਾਂ ਵਣ ਵਣ ਵੱਗੀ ਹੈ, ਤੂੰ ਆਪਣਿਆਂ ਨੇ ਲੁੱਕੀ ਹੈ, ਤੂੰ ਸੱਚਿਆਂ ਨੇ ਠੱਗੀ ਹੈ, ਨੀ ਰਜਵਲੀ ਦੀ ਇਹ ਲਾਡਲੀ ਹੈ, ਤੂੰ ਸਭ ਨੂੰ ਚੰਗੀ ਲੱਗੀ, ਤੂੰ ਸਾਂਝਾ ਪੈ ਪੈ ਫੁੱਲੀ ਹੈ, ਤੂੰ ਚੋਟਾ ਖਾਖਾ ਭੁੱਲੀ ਹੈ, ਤੂੰ ਫਿਰ ਵੀ ਸਭ ਦੇ ਜ਼ਖਮਾਂ ਤੇ ਕੇ ਮਰਹਮ ਬਣ ਕੇ ਦੁੱਲੀ ਹੈ, ਤੂੰ ਤਰਵਰ ਤਰਵਰ ਬੈਠੀ ਹੈ, ਤੂੰ ਸਰਵਰ ਸਰਵਰ ਤਰਦੀ ਹੈ, ਤੂੰ ਕੋਇਲ ਕੂਕੂ ਕਰਦੀ ਹੈ, ਤੂੰ ਹਰਨੇ ਚੁੰਗੀਆਂ ਭਰਦੀ ਹੈ, ਤੂੰ ਧੁੱਪਾਂ ਅੰਦਰ ਘੁਲੀ ਹੋਈ, ਤੂੰ ਚਾਨਣ ਦੇ ਸੰਗ ਧੁਲੀ ਹੋਈ, ਤੂੰ ਤੋੜ ਹਸ਼ਰ ਤੱਕ ਰਹਿਣੀ ਹੈ, ਜੇ ਲੋੜ ਜਗਤ ਨੂੰ ਪੈਣੀ ਹੈ, ਮਿੱਠ ਬੋਲੜੀ ਤੇ ਅਲਬੇਲੀ ਹੈ, ਤੂੰ ਲੱਖਾਂ ਵਿੱਚ ਅਕੇਲੀ ਹੈ, ਤੂੰ ਕਾਨੀ ਬਾਬੇ ਗੋਰਖ ਦੀ, ਤੂੰ ਗੁਰੂ ਨਾਨਕ ਦੀ ਚੇਲੀ ਹੈ, ਤੂੰ ਚਾਦਰਿਆਂ ਦੀ ਆਕੜ ਹੈ, ਤੂੰ ਚਾਦਰਿਆਂ ਦੀ ਆਕੜ ਹੈ, ਤੂੰ ਚੁੰਨੀ ਕੁੜੀ ਗੁਲਾਬੀ ਦੀ, ਤੂੰ ਲਾਲੀ ਫੁੱਲ ਕਰੀਰਾਂ ਦੀ, ਤੂੰ ਚਿੱਕੜ ਹੈ ਮਰਗਾਬੀ ਦੀ, ਕਿ ਦਿਲ ਦੇ ਦੁਖੜੇ ਦਿਓਰਾਂ ਦੇ ਵਿੱਚ ਸੁਣਦੀ ਹੈ ਗੁੱਤ ਭਾਬੀ ਦੀ ਗੱਲ ਹੂਰ ਭਰੀ ਪੰਜਾਬੀ ਦੀ, ਗੱਲ ਹੂਰ ਭਰੀ ਪੰਜਾਬੀ ਦੀ, ਗੱਲ ਹੂਰ ਭਰੀ ਪੰਜਾਬੀ ਦੀ। ਪੰਜਾਬੀ ਜਿਹਦੇ ਨਾਲ ਇਹ ਕੌਮੀਅਤ ਹੈ, ਭੁੱਲ ਨਾ ਜਾਇਓ ਕਿਤੇ। ਹਰਮਨਜੀਤ ਲਿਖਦਾ ਹੈ, ਮੇਰੇ ਨਾਲ ਹੁਣ MLA ਸਰਾਜ ਜਗਰੂਪ ਸਿੰਘ ਬਰਾੜ ਨੇ। ਸਰਾਜ ਬਰਾੜ, ਬਹੁਤ ਲੰਮਾ ਸਮਾਂ ਹੋ ਗਿਆ ਕਮਿਊਨਿਟੀ ਦੇ ਵਿੱਚ ਵਿਚਰਦਿਆਂ, ਕਮਿਊਨਿਟੀ ਦੇ ਨਾਲ ਖੜਦਿਆਂ। MLA ਜਦ NDP ਦੇ ਦੋ ਹੀ ਜਿੱਤੇ, ਉਹਨਾਂ ਚੋਂ ਇੱਕ ਜਗਰੂਪ ਸਿੰਘ ਬਰਾੜ ਸੀ, ਤੇ ਕਮਿਊਨਿਟੀ ਦੇ ਮਸਲੇ ਜਿਹੜੇ ਟੈਕਸੀ ਤੇ ਟਰੱਕਿੰਗ ਇੰਡਸਟਰੀ ਦੇ ਲਈ ਬਹੁਤ ਮਿਹਨਤ, ਈਵਨ ਉਹਨਾਂ ਦਾ ਪੋਰਟਫੋਲੀਓ ਨਹੀਂ ਸੀ ਇਹ, ਫਿਰ ਵੀ ਭਾਈਚਾਰੇ ਲਈ ਬੜੀ ਉਹਨਾਂ ਨੇ ਮਿਹਨਤ ਕੀਤੀ, ਸੰਜਮ ਨਾਲ ਰਹਿ ਕੇ, ਸੋਹਜ ਚ ਰਹਿ ਕੇ, ਇੱਕੋ ਹੀ ਆਪਣੀ ਤੋਰ ਤੁਰਦੇ ਉਹ ਕੰਮ ਕਰਦੇ ਰਹਿੰਦੇ ਆਪਣਾ। ਤੇ ਅੱਜ ਮੇਰੇ ਨਾਲ ਨੇ, ਇੱਕ ਜਿਹੜੀ $50 million ਦੀ ਗ੍ਰਾਂਟ ਆਈ ਹੈ ਟੂਰਿਜ਼ਮ ਦੀ, ਉਹ ਟੂਰਿਜ਼ਮ ਦੀ ਗ੍ਰਾਂਟ ਦਾ ਕੀ ਮਤਲਬ, ਭਾਈਚਾਰੇ ਨਾਲ ਉਹ ਕਿਵੇਂ ਰਿਲੇਟ ਕਰ ਸਕਦੀ ਹੈ, ਉਹਦੇ ਬਾਰੇ ਕੁਛ ਗੱਲਾਂ ਮੈਂ ਉਹਨਾਂ ਨੂੰ ਕਲੀਅਰ ਕਰਨੀਆਂ ਚਾਹੁੰਦਾ, ਵੀ ਇਹ ਜਿਹੜੀ ਗ੍ਰਾਂਟ ਜਾਂ ਉਹ ਵੀ ਇਸ ਮਹਾਮਾਰੀ ਦੇ ਵਿੱਚ ਕਮਿਊਨਿਟੀ ਵੱਲੋਂ ਤੇ ਕਮਿਊਨਿਟੀ ਦੇ ਲਈ ਸੂਬਾ ਸਰਕਾਰ ਵੱਲੋਂ ਜਿਹੜੇ ਖਾਸ ਉੱਦਮ ਕੀਤੇ ਗਏ, ਵੈਕਸੀਨੇਸ਼ਨ ਲਈ ਖਾਸ ਕੀ ਕੀਤਾ ਗਿਆ, ਉਹ ਸਾਰੀ ਗੱਲਬਾਤ ਕਰਾਂਗੇ। ਬਰਾੜ ਸਾਹਿਬ ਸਵਾਗਤ ਜੀ, ਸਤਿ ਸ੍ਰੀ ਅਕਾਲ। ਜੀ ਸਾਹਿਬ, ਤੁਹਾਨੂੰ ਤੇ ਤੁਹਾਡੇ ਸਰੋਤਿਆਂ ਨੂੰ ਮੇਰੀ ਲਿਖੀ ਸਤਿ ਸ੍ਰੀ ਅਕਾਲ ਜੀ, ਸਲਾਮ ਅਲੈਕਮ, ਨਮਸਕਾਰ, ਮਿਹਰਬਾਨੀ। ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ। ਅੱਛਾ ਬਰਾੜ ਸਾਹਿਬ, ਪਹਿਲਾਂ ਆਪਾਂ, ਕਿਉਂਕਿ ਗੱਲ ਨੀ ਹੋ ਸਕੀ ਜਦ ਦੀ ਨਵੀਂ ਸਰਕਾਰ ਬਣੀ ਆ, ਆਪਾਂ ਮੇਰਾ ਖਿਆਲ ਇੱਕ ਅੱਧੀ ਬਾਰੇ ਗੱਲ ਕੀਤੀ, ਚਲੋ ਉਸ ਤੋਂ ਬਾਅਦ ਮਹਾਮਾਰੀ ਨੇ ਸਾਰਾ ਆਪਣਾ ਭੱਜ ਨੱਠ ਲੋਕਾਂ ਦੀ। ਸਿੱਧਾ ਕਮਿਊਨਿਟੀ ਨਾਲ ਰਿਲੇਟਡ ਜਿਹੜੇ ਮਸਲੇ ਨੇ ਭਾਈ, ਜਿਹੜੇ ਸੂਬਾ ਸਰਕਾਰ ਵੱਲੋਂ ਉਹਨਾਂ ਦੇ ਬਾਰੇ ਜੇ ਇੱਕ ਪੰਛੀ ਝਾਤ ਮਾਰਨੀ ਹੋਵੇ ਕਿ ਕੀ ਜਿਹੜਾ ਸੂਬਾ ਸਰਕਾਰ ਨੇ ਆਪਣੇ ਭਾਈਚਾਰੇ ਲਈ ਕੀਤਾ ਇਸ ਮਹਾਮਾਰੀ। ਗਿੱਲ ਸਾਹਿਬ, ਬਹੁਤ ਤੁਹਾਡਾ ਵੱਡਾ ਸਵਾਲ ਹੈ, ਮੈਂ ਕੋਸ਼ਿਸ਼ ਕਰੂੰਗਾ ਸੰਖੇਪ ਦੇ ਵਿੱਚ ਉੱਤਰ ਦੇਣ ਦੇ ਲਈ। ਜਿਹੜਾ ਅਸੀਂ ਕੋਈ 15 ਮਹੀਨੇ ਤੋਂ
एक ऐसे सफर दे विच पए हैं जी जिहड़ी महामारी दी तुसीं गलबात कर रहे हो कोविड 19 दी जिहड़ी जिहड़ी एपीडेमिक दे विचों असीं जा रहे हैं जिहदे विच बहुत वड्डा जिहड़ा संघर्ष लोकां नूं करना पिया और बहुत वड्डी पद्धर दे उत्ते मार कीती इसने जानी माली जिहड़ा नुकसान कीता लोकां दा बीसी दे विच। पर शुरू तो लेके हुण तक मैं पहली गल कहनी चाहुंदा कि बीसी दे लोकां ने बीसी दीआं संस्थावां ने बीसी दे जिहड़े रेडियो प्रोग्राम ने पंजाबी भाईचारे ने पंजाबी भाईचारे दे जिहड़े धार्मिक अदारे ने बहुत वड्डा सहयोग दिता। पहले दौर दे विच रमाणा साहब आ गया गिल साहब असीं इस दौर चो निकले हां कि जिहड़ा घट तो घट जिहड़े लोकां नूं बीमार होण दिता जावे उहदे च लोकां नूं जागरूक कीता गया बहुत वड्डे पद्धर दे उत्ते और जेड़े बिजनेस बंद किए गए या जिथे बंद करना पिया उन्होंने लोगों नू जाके फैडरल सरकार ने फिर सूबा सरकार ने वड्डे पद्धर दे उत्ते जेड़ी सपोर्ट की। साडा भी जेड़ा पैकेज है वो आलमोस्ट 5 billion तो 10 billion के करीब जेड़ी फंडिंग है वो दिती जेड़ी लोगों नू सपोर्ट के रूप में दिती जा चुकी है। फैडरल सरकार ने बहुत पैसे दिते है पर हुण जेड़ा इस वेले दौर ते आपां खड़े हां उहदे च वैक्सीनेशन जेड़ी हैगी है जल्दी तो जल्दी जेड़ी लाई जा सके लोगों नू ताकि असीं इस दे विचों निकल के साडी ਜਿਹੜੀ ਸੁਸਾਇਟੀ ਨੂੰ ਦੁਬਾਰਾ ਖੋਲ ਸਕੀਏ ਤੇ ਸਾਡੀ ਇਕਾਨਮੀ ਨੂੰ ਦੁਬਾਰਾ ਖੋਲ ਸਕੀਏ। 60% ਤੋਂ ਉੱਪਰ ਲੋਕਾਂ ਦੀ ਜਿਹੜੀ ਵੈਕਸੀਨੇਸ਼ਨ ਹੋ ਚੁੱਕੀ ਹੈ ਜੀ ਸਰੀ ਦੇ ਵਿੱਚ ਖਾਸ ਕਰਕੇ ਆਪਾਂ ਨੂੰ ਜ਼ਿਕਰ ਕਰਦੇ ਹਾਂ ਤੁਸੀਂ ਰੇਡੀਓ ਤੋਂ ਅੰਗਿਲ ਸਾਹਿਬ ਹੌਟਸਪੌਟ ਸੀਗੇ ਉਹਨੂੰ ਕਵਰ ਕਰਨ ਵਾਸਤੇ ਜਿਹੜੀ ਸੂਬਾ ਸਰਕਾਰ ਨੇ ਅੱਗੇ ਹੱਥ ਵਧਾਇਆ ਉਹਦੇ ਨਾਲ ਕਮਿਊਨਿਟੀ ਨੇ ਵੀ ਬਹੁਤ ਵੱਡਾ ਹੱਥ ਵਧਾਇਆ ਗੁਰੂ ਘਰਾਂ ਦੇ ਵਿੱਚ ਜਿਹੜਾ ਰਜਿਸਟ੍ਰੇਸ਼ਨ ਵਾਸਤੇ ਜਿਹੜੇ ਕਲੀਨਿਕਸ ਲੱਗੇ ਸਬਸੀਕੁਐਂਟਲੀ ਉੱਥੇ ਆ ਕੇ ਜਿਹੜੀ ਸਰਕਾਰ ਨੇ ਵੈਕਸੀਨੇਸ਼ਨ ਵੀ ਕੀਤੀ ਉਸ ਤੋਂ ਇਲਾਵਾ ਪੌਪ ਅਪ ਕਲੀਨਿਕ ਖੋਲੇ ਪਹਿਲਾਂ ਜਿਹੜੇ ਖੋਲੇ ਉਹਨਾਂ ਦੇ ਵਿੱਚ ਕੁਛ ਕਮੀਆਂ ਨਹੀਂ ਆ ਉਹਨਾਂ ਨੂੰ ਦੂਰ ਕਰਕੇ ਹੁਣ ਜਿਹੜਾ ਦੁਬਾਰਾ ਫਿਰ ਜਿਹੜੇ ਉਹ ਖੋਲੇ ਗਏ ਆ 2 ਦਿਨ ਜਿਹੜਾ ਆਪਣੇ ਬੇਅਰ ਕ੍ਰੀਕ ਦੇ ਵਿੱਚ ਚੱਲੇ ਹੁਣ 2 ਦਿਨ ਜਿਹੜਾ ਫਲੀਟਵੁੱਡ ਰੈਕ ਸੈਂਟਰ ਹੈ ਜੀ ਉਹਦੇ ਚੱਲਣੇ ਆ ਜਿਹੜਾ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 8 ਵਜੇ ਤੱਕ ਉੱਥੇ ਕੋਈ ਤੁਹਾਨੂੰ ਰਜਿਸਟ੍ਰੇਸ਼ਨ ਕਰਾਉਣ ਦੀ ਲੋੜ ਨਹੀਂ ਹੈ ਉੱਥੇ ਤੁਸੀਂ ਸਵੇਰੇ 7 ਵਜੇ ਜਾ ਕੇ ਜਿਹੜਾ ਜੇ ਜਾਓਗੇ 7 ਤੋਂ 8 ਦੇ ਵਿੱਚ ਤੁਹਾਨੂੰ ਰਿਸਟ ਬੈਂਡ ਮਿਲ ਜਾਊਗਾ ਤੇ ਉੱਥੇ ਜਿਹੜੀ ਵੈਕਸੀਨੇਸ਼ਨ ਦਿੱਤੀ ਜਾਊਗੀ ਪਹਿਲਾਂ 1,000 ਬੰਦੇ ਨੂੰ ਦਿੱਤੀ ਜਦੋਂ 1,000 ਨੂੰ ਲੱਗ ਗਈ ਉੱਥੇ ਉਹ ਖਤਮ ਹੋ ਜਾਣੀ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਸੂਬੇ ਨੂੰ ਜੀ ਮੈਂ ਧੰਨਵਾਦ ਕਰਦਾ ਡਾਕਟਰ ਬੋਨੀ ਹੈਨਰੀ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਾਡੇ ਮਿਨਿਸਟਰ ਨੇ ਏਡਿਨ ਡਿਕਸ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਪਹਿਰਾ ਦੇ ਕੇ ਬੀਸੀ ਸੂਬੇ ਦੇ ਵਿੱਚ ਜਿਹੜਾ ਹਾਲਾਤ ਬਣਾ ਕੇ ਰੱਖੇ ਹੈ ਉਹ ਇਕੱਲੇ ਕੈਨੇਡਾ ਦੇ ਵਿੱਚ ਨਹੀਂ ਆਪਣਾ ਗਿੱਲ ਸਾਹਿਬ ਬਲਕਿ ਮੈਂ ਸਮਝਦਾ ਕਿ ਟੋਟਲ ਧਰਤੀ ਦੇ ਉੱਤੇ ਸਾਡੇ ਕੋਲ ਬਿਹਤਰੀਨ ਜਿਹੜੇ ਰਿਜ਼ਲਟ ਉਹਨਾਂ ਨੇ ਸਾਨੂੰ ਹੁਣ ਤੱਕ ਦਿੱਤੇ ਲੋਕਾਂ ਦੀ ਸੇਫਟੀ ਵਾਸਤੇ ਸਾਡੀ ਇਕਾਨਮੀ ਨੂੰ ਬਰਕਰਾਰ ਰੱਖਣ ਵਾਸਤੇ ਤੇ ਇਹਨੂੰ ਗਾਹ ਵਾਸਤੇ ਮਜ਼ਬੂਤ ਕਰਨ ਵਾਸਤੇ। ਜੀ ਅੱਛਾ ਬਰਾੜ ਸਾਹਿਬ ਜਿਹੜਾ $1,000 ਮੇਰਾ ਖਿਆਲ ਆਉਣਾ ਸੀ ਪਰ ਪਰਿਵਾਰ ਉਹ ਹਾਲੇ ਵੀ ਅਪਲਾਈ ਕਰ ਸਕਦੇ ਨੇ ਜਿਹਨਾਂ ਨੇ ਨਹੀਂ ਲਿਆ ਉਹਦੀ ਜਿਹੜੀ ਮੇਰੇ ਖਿਆਲ ਦੇ ਵਿੱਚ ਵੱਡੀ ਗਿਣਤੀ ਲੋਕ ਜੀ ਮੇਰੇ ਖਿਆਲ 90+% ਲੋਕਾਂ ਨੂੰ ਤਾਂ ਉਹ ਮਿਲ ਚੁੱਕਿਆ ਜੇ ਕਿਸੇ ਦਾ ਹਾਲੇ ਕੋਈ ਪੈਂਡਿੰਗ ਹੋਵੇ ਮੇਰੇ ਖਿਆਲ ਚ ਅਪਲਾਈ ਕਰ ਸਕਦੇ ਜੇ ਕਿਸੇ ਸਮੱਸਿਆ ਹੋਵੇ ਕਰਕੇ ਆਪਣੇ MLA ਨੂੰ ਸੰਪਰਕ ਕਰੋ ਮੈਨੂੰ ਸੰਪਰਕ ਕਰਨ ਤਾਂ ਅਸੀਂ ਜਿਹੜੀ ਜੇ ਕਿਸੇ ਦੀ ਕੋਈ ਹਾਲੇ ਪੈਂਡਿੰਗ ਐਪਲੀਕੇਸ਼ਨ ਹੈਗੀ ਹੈ ਕਿਸੇ ਦੇ ਕਈ ਲੋਕਾਂ ਦੇ ਡਾਕੂਮੈਂਟ ਸ਼ਾਇਦ ਦੁਬਾਰਾ ਮੰਗੇ ਹੋਏ ਨੇ ਤਾਂ ਉਹ ਜਿਹੜਾ ਹੈਗਾ ਉਹਦੀ ਆਪਾਂ ਮਦਦ ਕਰ ਸਕਦੇ ਹਾਂ। ਠੀਕ ਹੈ ਅੱਛਾ ਇੱਕ ਲੇਟਲੀ ਇੱਕ ਇਸ਼ੂ ਕਮਿਊਨਿਟੀ ਦੇ ਵਿੱਚ ਹੈ ਜਿਹੜਾ ਅਸਲ ਇਸ਼ੂ ਨਹੀਂ ਸੀ ਉਹ ਪਹਿਲਾਂ ਕੋਈ ਨਹੀਂ ਸੀ ਇੱਕ ਤੁਹਾਡੇ ਲਿਬਰਲ MLA ਨੇ ਆ ਕੇ ਉਸ ਦੇ ਬਾਰੇ ਗੱਲ ਤੋੜਤੀ ਅਸਲ ਕੋਈ ਚੀਜ਼ ਚੱਲਦੀ ਚੱਲਦੀ ਉਹਨੇ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ $50 million ਦੀ ਤੁਹਾਡੀ ਇੱਕ ਟੂਰਿਜ਼ਮ ਲਈ ਗ੍ਰਾਂਟ ਹੈ ਉਹਦੇ ਵਿੱਚ ਜਿਹੜਾ ਉਸਨੇ ਆ ਕੇ ਵੀ ਗੁਰਦੁਆਰੇ ਦੇਖੋ ਜੀ ਇਸ ਵਾਰ ਫਿਰ ਨਗਰ ਕੀਰਤਨ ਨਹੀਂ ਹੋ ਸਕਿਆ ਇਹੋ ਜਿਹੀ ਕੋਈ ਗੱਲ ਕਰ ਦਿੱਤੀ ਇਹ ਗ੍ਰਾਂਟ ਦੇ ਬਾਰੇ ਦੱਸੋ ਜੀ ਕਿ ਦੇਖੋ ਸਿਆਸਤ ਜਿਹੜੀ ਹੈਗੀ ਹਰ ਪਾਰਟੀ ਖੇਡਦੀ ਹੈ ਪਰ ਜਦੋਂ ਸਿਆਸਤ ਆ ਕੇ ਭਾਈਚਾਰੇ ਦੇ ਜਿਹੜਾ ਜਿਵੇਂ ਆਪਾਂ ਕਹਿੰਦੇ ਵੱਖੀ ਦੇ ਵਿੱਚ ਲੱਤ ਮਾਰੀ ਜਾਵੇ ਤਾਂ ਫਿਰ ਸਾਨੂੰ ਉਦੋਂ ਸਮਝਣ ਦੀ ਲੋੜ ਪੈਂਦੀ ਬੜੀ ਨੀਵੇਂ ਪੱਧਰ ਦੀ ਸਿਆਸਤ ਜਿਹੜੀ ਹੈਗੀ ਇਹ ਖੇਡੀ ਜਾ ਰਹੀ ਹੈ ਇਹਦੇ ਚ ਗਿੱਲ ਸਾਹਿਬ ਜਿਹੜਾ BC ਸਰਕਾਰ ਵੱਲੋਂ ਜਿਹੜਾ 2-3 ਦਿਨ ਪਹਿਲਾਂ ਜਿਹੜਾ ਹੈਗਾ ਟੂਰਿਜ਼ਮ ਇੰਡਸਟਰੀ ਦੇ ਲਈ $50 million ਦੀ ਫੰਡਿੰਗ ਜਿਹੜੀ ਐਲਾਨ ਕੀਤੀ ਹੈ ਤੇ ਉਹਦੀਆਂ ਐਪਲੀਕੇਸ਼ਨ ਸ਼ੁਰੂ ਹੋਈਆਂ $50 million ਦੀ ਫੰਡਿੰਗ ਇਹ ਟੂਰਿਜ਼ਮ ਇੰਡਸਟਰੀ ਵਾਸਤੇ ਕੀਤੀ ਗਈ ਹੈ ਇਹਦੇ ਵਿੱਚ ਉਹ ਬਿਜ਼ਨਸ ਸ਼ਾਮਿਲ ਨੇਗੇ ਗਿੱਲ ਸਾਹਿਬ ਜਿਹੜੇ ਵੱਡੀ ਪੱਧਰ ਦੇ ਉੱਤੇ ਟੂਰਿਸਟ ਨੂੰ ਜਿਹੜੇ ਹੈਗੇ ਬਾਹਰੋਂ ਅਟਰੈਕਟ ਕਰਦੇ ਆ ਬਾਹਰੋਂ ਲਿਆਉਣ ਦੇ ਵਿੱਚ ਮਦਦ ਕਰਦੇ ਆ BC ਸੂਬੇ ਦੇ ਵਿੱਚ ਤੇ BC ਦੀ ਜਿਹੜੀ ਆਰਥਿਕਤਾ ਉਹਦੇ ਨਾਲ ਮਜ਼ਬੂਤ ਹੁੰਦੀ ਹੈ ਇਹਦੇ ਵਿੱਚ ਮਿਸਾਲ ਦੇ ਤੌਰ ਦੇ ਉੱਤੇ ਸ਼ਾਮਿਲ ਨੇ PNE ਜਿਹੜੀ ਬਹੁਤ ਵੱਡਾ ਆਪਾਂ ਦੇਖਿਆ ਸਮਾਗਮ ਹੁੰਦਾ BC ਦੇ ਵਿੱਚ ਬੜੀ ਵੱਡੀ ਉੱਥੋਂ ਜਿਹੜੀ ਉਹਦੇ ਚ ਰੈਵਨਿਊ ਇਨਵੋਲਵ ਹੈਗਾ PNE
बीसी दे सारे म्यूजियम जिन्ने भी हैगे जी जां साइंस वर्ल्ड जिहड़ा हैगा इस तरह दे जिहड़े बिजनेस ने उहदे विच शामिल नेंगे। इहदे विच गिल साहब कोई भी धार्मिक जिहड़ा समागम है किसी भी धर्म का होवे चाहे सिख हिंदू मुसलमान ईसाई जां होर कोई भी धर्म होवे किसी भी धर्म का कोई भी समागम त्यौहार इहदे विच शामिल नहीं है। और जिहड़ा हैगा इहदे ते मैं तां मैं जोर दे रहा हां क्योंकि बीसी लिबरल दे जिहड़े वाइटवॉक दे एमएलए ने नवें चुने गए ने उन्होंने विधान सभा दे विच जाके सिर्फ एंड सिर्फ विसाखी दे लई फंडिंग दी गलबात दा सवाल जिहड़ा ओह पुछिया जिहड़ा हैगा कुछ दिन पहला और कल उन्हें रेडियो ते जाके एक गलत प्रचार किया जाके कि जी एनडीपी विसाखी नूं फंडिंग नहीं दे रही जदों के ये जिहड़ी फंडिंग ऐलान की गई सिर्फ टूरिज्म इंडस्ट्री वास्ते जिहड़ी ये फंडिंग ऐलान की गई इहदे विच कोई भी जिहड़ा धार्मिक अदारा किसी भी धर्म का जिहड़ा ओहदा समागम ओह शामिल नहीं है। तो इस करके जी बीसी लिबरल का जिहड़ा ये एमएलए है जी जां लिबरल पार्टी है ओह भाईचारे नूं गुमराह कर रहे हैं और इहदे विच कोई छुपी हुई सियासत भी जिहड़ी हैगी है जिहड़ी ओह भाईचारे दे नाल प्ले कर रहे हैं पर भाईचारा इन्ना जिहड़ा इनोसेंट नहीं भाईचारा साडा बड़ा जागरूक है ओह सियासत नूं समझदा है। पर पद्धर देखो बराड़ साहब टूरिज्म नाल गुरु घर दी गल किवें तुसीं जोड़ सकदे हो गुरु घर असीं ओह कौम आ इस तरह मैं अज पहले प्रोग्राम च कहिंदा वी कार सेवा 1984 दे वेले संता सिंह निहंग ने दिल्ली दे एक कंपनी दे राही दिल्ली सरकार ने गुरद्वारा अकाल तख्त साहब बनाता अकाल तख्त साहब खुल दे ताता उन्होंने कहिंदे असीं असीं अपने हत्थी बनावांगे। टूरिज्म नाल गुरु घर दी किहड़ी गल जुड़े नहीं सकती गल इह सी ਜੇ ਕੋਈ ਹੋਰ ਹੀਟ ਆ ਜਿਹੜੀ ਉਹਨੂੰ ਡਾਇਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਜਿਹੜਾ ਐਮਐਲਏ ਕਿਹੜੇ ਗਰੁੱਪ ਨਾਲ ਆ ਕਿੱਥੋਂ ਆ ਇਹਨੂੰ ਕੌਣ ਰਾਜਨੀਤੀ ਚ ਲੈ ਕੇ ਆਇਆ ਹੈ ਕਿਹੜੇ ਲੈਵਲ ਤੇ ਕੰਮ ਕਰਦਾ ਰਿਹਾ ਸਭ ਸਾਰਿਆਂ ਨੂੰ ਪਤਾ ਉਹਦਾ ਲੈਵਲ ਕੀ ਹੈ ਪਰ ਇਹਦੇ ਤੇ ਅਖੀਰ ਦੇ ਵਿੱਚ ਜੀ ਜੀ ਗਿਲ ਸਾਹਿਬ ਇਹਦੇ ਚ ਮੈਂ ਦੋ ਤਿੰਨ ਗੱਲਾਂ ਹੋਰ ਸਰੋਤਾਂ ਦੇ ਸਾਹਮਣੇ ਰੱਖਣੀਆਂ ਚਾਹੁੰਦਾ ਜੀ ਕਿ ਜੀ ਜਿਹੜੀ ਆਪਾਂ ਫੰਡਿੰਗ ਬਾਰੇ ਗੱਲ ਕਰ ਚੁੱਕੇ ਹਾਂ ਵੀ ਇਹ ਇਹਦੇ ਵਿੱਚ ਕੋਈ ਵੀ ਧਾਰਮਿਕ ਸਮਾਗਮ ਬੀਸੀ ਦਾ ਨਹੀਂ ਹੈ ਚਾਹੇ ਉਹ ਕ੍ਰਿਸਚੀਅਨ ਹੈ ਜਾਂ ਕੋਈ ਵੀ ਧਰਮ ਹੋਵੇ ਔਰ ਉਹਦੇ ਵਿੱਚ ਸਿਰਫ ਐਂਡ ਸਿਰਫ ਵਿਸਾਖੀ ਬਾਰੇ ਸਵਾਲ ਪੁੱਛਿਆ ਜਾਣਾ ਕਿਉਂ। ਨੰਬਰ 2 ਵਿਸਾਖੀ ਦੀ ਇੱਕ ਮਹੀਨਾ ਪਹਿਲਾਂ ਲੰਘ ਚੁੱਕੀ ਹੈ ਔਰ ਵਿਧਾਨ ਸਭਾ ਖੁੱਲੀ ਸੀ ਹਰ ਰੋਜ਼ ਕੁਐਸਚਨ ਪੀਰੀਅਡ ਹੁੰਦਾ ਸੀ ਇੱਕ ਮਹੀਨਾ ਪਹਿਲਾਂ ਜਦੋਂ ਵਿਸਾਖੀ ਸੀ ਉਦੋਂ ਸਵਾਲ ਕਿਉਂ ਨਹੀਂ ਪੁੱਛਿਆ ਗਿਆ ਇਹ ਵੀ ਇੱਕ ਸਵਾਲ ਹੈ। ਨੰਬਰ 3 ਜੀ ਨੰਬਰ 3 ਇਹ ਹੈ ਜੀ ਕਿ ਜਿਹੜਾ ਬੀਸੀ ਲਿਬਰਲ ਸਰਕਾਰ ਇਹ 16 ਸਾਲ ਪਾਵਰ ਦੇ ਵਿੱਚ ਰਹੀ ਹੈ ਔਰ 16 ਸਾਲ ਵਿਸਾਖੀ ਹੁੰਦੀ ਰਹੀ ਉਸ ਵੇਲੇ ਬੀਸੀ ਲਿਬਰਲ ਸਰਕਾਰ ਨੇ ਵਿਸਾਖੀ ਨੂੰ ਜੇ ਫੰਡਿੰਗ ਦੇਣ ਦਾ ਇਹਨਾਂ ਨੂੰ ਕਹਿਣਾ ਸੀਗਾ ਕਿਸੇ ਨੂੰ ਸੰਪਰਕ ਕਿਉਂ ਨਹੀਂ ਕੀਤਾ ਉਦੋਂ ਫੰਡਿੰਗ ਕਿਉਂ ਨਹੀਂ ਦੇ ਦਿੱਤੀ ਗਈ। ਮੈਂ ਤੁਹਾਡੇ ਨਾਲ ਬਿਲਕੁਲ ਇਸ ਗੱਲ ਨਾਲ ਆਪਣਾ ਗਿੱਲ ਸਾਹਿਬ ਸਹਿਮਤ ਹਾਂ ਕਿ ਜਿਹੜਾ ਵਿਸਾਖੀ ਹੈਗਾ ਮੈਂ ਕੱਲ ਵੀ ਇਹ ਗੱਲ ਕੀਤੀ ਸੀ ਇਹ ਸਿੱਖ ਭਾਈਚਾਰੇ ਦਾ ਬਹੁਤ ਪਵਿੱਤਰ ਦਿਹਾੜਾ ਹੈ ਬਹੁਤ ਪਵਿੱਤਰ ਦਿਹਾੜਾ ਹੈ ਔਰ ਇਹਦੇ ਚ ਇਸ ਸਮੇਂ ਵੈਨਕੂਵਰ ਦੇ ਵਿੱਚ ਸਰੀ ਦੇ ਵਿੱਚ ਬਹੁਤ ਵੱਡੇ ਨਗਰ ਕੀਰਤਨ ਨਿਕਲਦੇ ਆ ਸਰੀ ਦੇ ਵਿੱਚ 5 ਲੱਖ ਦੇ ਕਰੀਬ ਜਿਹੜੇ ਲੋਕ ਇਕੱਠੇ ਹੁੰਦੇ ਆ ਔਰ ਜਿਹੜੇ ਲੋਕ ਇੰਤਜ਼ਾਰ ਕਰਦੇ ਆ ਵੀ ਇਹ ਆਵੇ ਦਸਵਾਂ ਦਸਵੰਧ ਕੱਢੀਏ ਲੋਕਾਂ ਨੂੰ ਖਾਣਾ ਖਵਾਈਏ ਔਰ ਉੱਥੇ ਵੱਡੀ ਗਿਣਤੀ ਲੋਕ ਆ ਕੇ ਖਾਣਾ ਬਣਾ ਕੇ ਲਏ ਘਰਾਂ ਚ ਲੋਕਾਂ ਨੂੰ ਜਿਹੜਾ ਖਵਾਉਂਦੇ ਆ ਜਿਹੜਾ ਮਾਨ ਦੇ ਨਾਲ ਸਿਰ ਉੱਚਾ ਹੋ ਜਾਂਦਾ ਗਿੱਲ ਸਾਹਿਬ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਆਪਾਂ ਆਪ ਕੇ ਜੀ ਦੇਖੋ ਖਾਲਸਾ ਏਡ ਆਹ ਕੰਮ ਕਰ ਰਹੀ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਵੀ ਆਕਸੀਜਨ ਦੇ ਜਿਹੜੇ ਲੱਗੇ ਹੋਏ ਆ ਲੰਗਰ ਜਾ ਕੇ ਉੱਥੇ ਜਿਹੜਾ ਵੱਖਰੇ ਵੱਖਰੇ ਥਾਵਾਂ ਦੇ ਉੱਤੇ ਸੋ ਇਸ ਕਰਕੇ ਜਿਹੜਾ ਹੈਗਾ ਇਹ ਸਿੱਖ ਬੜੇ ਦਾਨੀ ਨੇ ਜੀ 5 ਲੱਖ ਬੰਦੇ ਨੂੰ ਖਾਣਾ ਖਵਾ ਕੇ ਘਰੇ ਤੋਰਦੇ ਉਸ ਦਿਨ ਪਰ ਇਹਨਾਂ ਨੇ ਉੱਥੇ ਜਾ ਕੇ ਫੰਡਿੰਗ ਦੀ ਗੱਲ ਕੀਤੀ ਮੈਨੂੰ ਨੀ ਪਤਾ ਇਹਨਾਂ ਨੂੰ ਕਿਹਨੇ ਸੰਪਰਕ ਕੀਤਾ ਮੈਂ ਤੁਹਾਨੂੰ ਜ਼ਰੂਰ ਕਹਿ ਦੇਣਾ ਰੇਡੀਓ ਦੇ ਰਾਹੀਂ ਕਿ ਮੈਨੂੰ ਅੱਜ ਤੱਕ ਕਿਸੇ ਧਾਰਮਿਕ ਅਦਾਰੇ ਨੇ ਵਿਸਾਖੀ ਵਾਸਤੇ ਮੈਂ ਫਿਰ ਰਿਪੀਟ ਕਰਦਾ ਵਿਸਾਖੀ ਦੇ ਫੰਕਸ਼ਨ ਵਾਸਤੇ ਕਦੇ ਫੰਡਿੰਗ ਵਾਸਤੇ ਕਿਸੇ ਨੇ ਬੇਨਤੀ ਨਹੀਂ ਕੀਤੀ। ਬਿਲਕੁਲ ਜੀ ਧੰਨਵਾਦ ਜੀ ਅਖੀਰ ਚ ਬਰਾੜ ਸਾਹਿਬ ਕੋਈ ਹੋਰ ਸੁਨੇਹਾ ਦੇਣਾ ਚਾਹੋ ਅਖੀਰ ਚ ਮੈਂ ਤਾਂ ਸਿਰਫ ਇਹੀ ਗੱਲ ਕਹਿਣੀ ਚਾਹੁੰਦਾ ਜੀ ਕਿ ਜਿਹੜੀ ਹਕੀਕਤ ਇਹ ਆ ਕਿ ਲਿਬਰਲ ਪਾਰਟੀ ਸਰੀ ਦੇ ਵਿੱਚੋਂ ਜਿੱਥੇ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਬਹੁਤ ਵੱਡਾ ਸਰੀ ਡੈਲਟੇ ਦੇ ਵਿੱਚ ਉੱਥੋਂ ਬੁਰੀ ਤਰ੍ਹਾਂ ਪਿਛਲੀ ਚੋਣ ਦੇ ਵਿੱਚ ਹਰ ਗਈ ਹੈ ਹੁਣ ਕੋਸ਼ਿਸ਼ਾਂ ਚੱਲ ਰਹੀਆਂ ਕਿ ਵੀ ਉਸ ਭਾਈਚਾਰੇ ਨੂੰ ਅਸੀਂ ਵਾਪਸ ਕਿਵੇਂ ਲਿਆ ਸਕਦੇ ਹਾਂ ਠੀਕ ਆ ਕੋਸ਼ਿਸ਼ਾਂ ਲਿਬਰਲ ਪਾਰਟੀ ਨੂੰ ਕਰਨੀਆਂ ਚਾਹੀਦੀਆਂ ਪਰ ਉਹ ਜਿਹੜੀਆਂ ਕੋਸ਼ਿਸ਼ਾਂ ਉਹ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਭਾਈਚਾਰੇ ਦਾ ਕੁਛ ਸੁਧਰੇ ਨਾ ਕਿ ਭਾਈਚਾਰੇ ਨੂੰ ਤੁਸੀਂ ਵੰਡ ਕੇ ਜਾਂ ਡਿਵਾਈਡ ਕਰਕੇ ਚੋਣਾਂ ਜਾਂ ਆਪਣੀ ਸਿਆਸਤ ਖੇਲੋ ਉਹ ਸਿਆਸਤ ਤੁਹਾਡੀ ਬਹੁਤੀ ਦੂਰ ਤੱਕ ਜਾਣੀ ਨਹੀਂਗੀ ਸੋ ਇਹਦੇ ਚ ਹਕੀਕਤ ਇਹ ਹੈ ਆਪਣਾ ਗਿੱਲ ਸਾਹਿਬ ਕਿ ਵੀ ਇਹ ਸਵਾਲ ਕੱਲ ਪਰਸੋਂ ਕਿਉਂ ਪੁੱਛਿਆ ਗਿਆ
ਉਦੋਂ ਪਹਿਲਾਂ ਕਿਉਂ ਨਹੀਂ ਪੁੱਛਿਆ ਗਿਆ ਅੱਜ ਤੱਕ, ਜਿਹੜੀ ਮੈਂ ਪਹਿਲਾਂ ਗੱਲ ਕਰ ਚੁੱਕਿਆ, ਔਰ ਵਿਸਾਖੀ ਦਾ ਹੀ ਕਿਉਂ ਪੁੱਛਿਆ ਗਿਆ, ਮਹੀਨੇ ਬਾਅਦ ਕਿਉਂ ਪੁੱਛਿਆ ਗਿਆ, 16 ਸਾਲ ਜਿਹੜਾ ਆਪ ਸੀਗੇ ਪਾਵਰ ਚ ਉਦੋਂ ਕਿਉਂ ਨੀ ਦਿੱਤੀ ਗਈ, ਉਹਦਾ ਸਵਾਲ ਹੁਣ ਪੁੱਛਣ ਦਾ ਕਾਰਨ ਇਹ ਸੀ ਜੀ ਕਿ ਕੈਵਨ ਫਾਲਕਨ ਸਾਹਿਬ ਨੇ ਅਨਾਊਂਸ ਕੀਤਾ ਕਿ ਉਹ ਲੀਡਰਸ਼ਿਪ ਰੇਸ ਲੜਨ ਜਾ ਰਹੇ ਆ, ਔਰ ਉਹਨਾਂ ਦਾ ਸ਼ੁਰੂ ਦੇ ਵਿੱਚ ਜਿਹੜਾ 2 ਦਿਨ ਜਿਹੜਾ ਵਿਰੋਧ ਹੋਇਆ ਉਹ ਇਸ ਇਸ਼ੂ ਤੇ ਹੋਇਆ ਕਿ ਉਹਨਾਂ ਦੇ ਜਿਹੜਾ ਭਾਈਵਾਲਤਾ ਹੈਗੀ ਆ ਉਹ ਮੈਕਸਿਮ ਬਰਨੀ ਜਿਹੜਾ ਹੈਗਾ ਉੱਥੇ ਜਿਹਨੇ ਚੋਣ ਆਪਣਾ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਲੜੀ ਸੀ ਉਹਨਾਂ ਦੇ ਨਾਲ ਉਹਨਾਂ ਦੀ ਨੇੜਤਾ ਹੈ, ਔਰ ਉਹਨਾਂ ਦਾ ਉਹਦਾ ਜਿਹੜਾ ਬਰਨੀ ਸਾਹਿਬ ਦਾ ਜਿਹੜਾ ਕ੍ਰਿਟਿਸਿਜ਼ਮ ਇਹ ਹੈ ਕਿ ਉਹਨੇ ਪੱਗ ਬਾਰੇ ਕੁਛ ਜਿਹੜੇ ਕਾਮੈਂਟ ਕੀਤੇ ਜੋ ਇਤਰਾਜ਼ ਯੋਗ ਨੇਗੇ। ਇਹ ਕ੍ਰਿਟਿਸਿਜ਼ਮ ਹੋ ਰਿਹਾ ਸੀ ਆਪਣਾ ਫਾਲਕਨ ਸਾਹਿਬ ਦਾ, ਉਸ ਨੂੰ ਰੋਕਣ ਵਾਸਤੇ ਉਹਨਾਂ ਨੇ ਜਾ ਕੇ ਵਿਸਾਖੀ ਦਾ ਇਸ਼ੂ ਬਣਾ ਕੇ NDP ਵਿਸਾਖੀ ਨੂੰ ਫੰਡਿੰਗ ਨਹੀਂ ਦਿੰਦੀ, ਭਾਈਚਾਰੇ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹੈ, ਔਰ ਇਹ ਨੀਵੇਂ ਪੱਧਰ ਦੀ ਸ਼ਾਸਤਰੀ ਜਿਹੜੀ ਉਹ ਖੇਡੀ ਜਾ ਰਹੀ। ਧੰਨਵਾਦ ਜੀ, ਬਹੁਤ ਬਹੁਤ ਸ਼ੁਭ ਸ਼ਾਮਾਂ ਤੇ ਲੌਂਗ ਵੀਕਐਂਡ ਤੁਹਾਡੇ ਲਈ, ਠੀਕ ਤੁਹਾਡਾ ਵਧੀਆ ਗੁਜਰੇ ਤੇ ਫਿਰ ਕਿਸੇ ਦਿਨ ਗੱਲਬਾਤ ਹੋਈ। ਮਿਹਰਬਾਨੀ, ਧੰਨਵਾਦ। ਸਰ ਨਿਰਮਲ ਸਿੰਘ, ਕੁਛ ਕਹਿਣਾ ਚਾਹੁੰਦੇ ਹੋ ਜੀ? ਹਾਂ ਵੀਰ ਜੀ, ਸਤਿ ਸ੍ਰੀ ਅਕਾਲ ਮਿਸਟਰ ਗਿੱਲ ਸਾਹਿਬ, ਸਤਿ ਸ੍ਰੀ ਅਕਾਲ ਜਗਰੂਪ ਰਾਠਾ ਜੀ ਇੱਥੇ ਆ, ਤੇ ਮੈਂ ਦੱਸ ਹੋਇਆ ਸੀ ਆਪਣੇ ਭਾਜੀ ਜਗਰੂਪ ਰਾਠਾ ਦੀ, ਆਪਣੇ MLA ਸਾਹਿਬ ਦੀ, ਇਹ ਇਸ਼ੂ ਆਪਣੇ ਕਮਿਊਨਿਟੀ ਵਿੱਚ 2-3 ਤੋਂ ਚੱਲ ਰਿਹਾ ਸੀਗਾ, ਤੇ ਇਹ ਪ੍ਰੀਟੀ ਮੱਚ ਪੋਲੀਟੀਕਲੀ ਪ੍ਰੇਰਿਤ ਇੱਕ ਇਸ਼ੂ ਹੈ ਜਿਹੜਾ ਕਿ ਲਿਬਰਲ ਆਪਣੇ ਇੱਕ MLA ਨੇ ਇਹਨੂੰ ਚੱਕਿਆ ਹੋਇਆ, ਤੇ ਇਹਦੇ ਵਿੱਚ ਪਿੱਛੇ ਕਈ ਕਾਰਨ ਆ, ਜਿਸ ਤਰ੍ਹਾਂ ਭਾਜੀ ਜਗਰੂਪ ਰਾਠਾ ਹੁਣੀ ਦੱਸ ਕੇ ਰਹੇ ਨੇ, ਕਿਉਂਕਿ ਲਿਬਰਲ ਪਾਰਟੀ ਦੀ ਜਿਹੜੀ ਲੀਡਰਸ਼ਿਪ ਦੀ ਰੇਸ ਆ ਰਹੀ ਆ ਉਹਦੇ ਵਿੱਚ ਕੈਵਨ ਫਾਲਕਨ ਦਾ ਜਿਹੜਾ ਲੀਡਰ ਵਾਸਤੇ ਚੋਣ ਲੜਨ ਦਾ ਜਿਹੜਾ ਵਾਅਦਾ ਹੈ ਉਹਦੇ ਵਿੱਚ ਜਿਹੜੇ ਇਸ਼ੂ ਨੇ ਉਹਨੂੰ ਉਭਾਰ ਕੇ ਆਪਣੀ ਕਮਿਊਨਿਟੀ ਵਿੱਚ ਉਹ ਇੱਦਾਂ ਦਾ ਇਸ਼ੂ ਲਿਆਂਦਾ ਜਾਵੇ ਜੋ ਕਿ ਆਪਣੀ ਕਮਿਊਨਿਟੀ ਡਿਵਾਈਡ ਹੋ ਜਾਵੇ ਤੇ ਉਹਨਾਂ ਵੱਲ ਝੁਕ ਜਾਵੇ ਤੇ ਉਹਨਾਂ ਨੂੰ ਜਿਹੜੀ ਲੀਡਰਸ਼ਿਪ ਵਾਸਤੇ ਇੱਕ ਰਾਹ ਪੱਧਰਾ ਕਰਨ ਵਾਸਤੇ ਆਪਣੀ ਕਮਿਊਨਿਟੀ ਨੂੰ ਡਿਵਾਈਡ ਕਰਨ ਵਾਸਤੇ। ਬਾਕੀ ਦੀ ਜਿਹੜੀ ਡੋਨੇਸ਼ਨ ਦੀ ਗੱਲ, ਪਹਿਲੀ ਗੱਲ ਤਾਂ ਸਾਡੇ ਗੁਰਦੁਆਰਾ ਸਾਹਿਬ ਲੋਕਾਂ ਦੇ ਪੈਸਿਆਂ ਨਾਲ ਚੱਲਦੇ ਨੇ, ਲੋਕੀ ਨਵਾਂ ਦਸਾਂ ਦੀ ਕਮਾਈ ਜਿਹੜੀ ਲੋਕਾਂ ਨੂੰ ਆਪਣੇ ਗੁਰਦੁਆਰੇ ਦਿੰਦੇ ਨੇ ਉਹਦੇ ਨਾਲ ਸਾਡੇ ਗੁਰਦੁਆਰੇ ਚੱਲਦੇ ਨੇ। ਇਹਦੇ ਵਿੱਚ ਕਿਸੇ ਗਵਰਨਮੈਂਟ ਦੀ ਫੰਡਿੰਗ ਦੀ ਕੋਈ ਲੋੜ ਨਹੀਂ, ਨਾ ਕੋਈ ਕਿਸੇ ਨੇ ਮੰਗੀ ਆ ਨਾ ਮੰਗਣੀ ਆ। ਤੁਸੀਂ ਦੇਖਿਆ ਹੁਣ ਆਪਣਾ ਖਾਲਸਾ ਏਡ ਇੰਟਰਨੈਸ਼ਨਲ ਲੈਵਲ ਤੇ ਇੰਨਾ ਮਸ਼ਹੂਰ ਹੋ ਚੁੱਕਾ ਇਸੇ ਕੰਮ ਵਾਸਤੇ ਕਿ ਲੋਕਾਂ ਦੇ ਨਵਾਂ ਦਵਾਈ ਕਮਾਈ ਨਾਲ ਦਿੱਤਾ ਪੈਸਾ ਜਿਹੜਾ ਉਹ ਸਾਰੇ ਦੁਨੀਆਂ ਵਿੱਚ ਵਰਤਿਆ ਜਾ ਰਿਹਾ ਹੈ, ਤੇ ਸਾਨੂੰ ਕਿਸੇ ਗਵਰਨਮੈਂਟ ਨੇ ਨਾ ਕੋਈ ਏਡ ਨਹੀਂ ਦਿੱਤੀ, ਉਹ ਸਿਰਫ ਲੋਕਾਂ ਦੇ ਪੈਸਾ ਚੱਲ ਰਿਹਾ। ਤੇ ਇਹ ਤਾਂ ਬਹੁਤ ਛੋਟਾ ਇਸ਼ੂ ਜਿਹੜਾ ਸਾਡੇ ਇਹਨਾਂ ਲਿਬਰਲ ਪਾਰਟੀ ਚੱਕ ਰਹੀ ਆ ਕਿ ਸਾਡੇ ਗੁਰਦੁਆਰਿਆਂ ਨੂੰ ਫੰਡਿੰਗ ਕਿਉਂ ਨਹੀਂ ਦੇ ਰਿਹਾ। ਅਸਲ ਵਿੱਚ ਨਾ ਕਿ ਗੁਰਦੁਆਰੇ ਮੰਗੀ ਆ, ਨਾ ਲੋਕੀ ਇਹਦੇ ਵਿੱਚ ਇਸ ਵਿੱਚ ਸਹਿਮਤੀ ਆ ਵੀ ਕੋਈ ਗਵਰਨਮੈਂਟ ਸਾਡੇ ਗੁਰਦੁਆਰੇ ਨੂੰ ਫੰਡ ਕਰੇ, ਕਿਉਂਕਿ ਸਾਡੇ ਗੁਰਦੁਆਰੇ ਸਾਡੇ ਲੋਕਾਂ ਦੇ ਨੇ ਤੇ ਲੋਕੀ ਇਹਨਾਂ ਨੂੰ ਫੰਡ ਕਰਦੇ ਨੇ, ਤਾਂ ਵੱਧ ਤੋਂ ਵੱਧ ਮੋਹਰੇ ਹੋ ਕੇ ਇਹਨਾਂ ਨੂੰ ਗੁਰਦੁਆਰੇ ਚਲਾਉਣ ਵਿੱਚ ਮਦਦ ਕਰਦੇ ਨੇ। ਤਾਂ ਇਹ ਜਿਹੜੇ ਲਿਬਰਲ ਪਾਰਟੀ ਦੇ ਇੱਕ ਜਿਹੜੀ ਗਲਤ ਚਾਲ ਆ ਇਹਨੂੰ ਲੋਕ ਚੰਗੀ ਤਰ੍ਹਾਂ ਸਮਝਦੇ ਨੇ ਤੇ ਆਪਣੇ ਲੋਕ ਕਦੇ ਵੀ ਇਸ ਗੱਲ ਨੂੰ ਸਵੀਕਾਰ ਨਹੀਂ ਕਰਨਗੇ ਵੀ ਇਹ ਕੋਈ ਪੋਲੀਟੀਕਲ ਲੈਵਲ ਦੇ ਕੇ ਇਸ ਨੂੰ ਲੋਕਾਂ ਨੂੰ ਕਨਫਿਊਜ਼ ਕੀਤਾ ਜਾਵੇ। ਬਸ ਇਹੀ ਮੈਂ ਕਹਿਣਾ ਸੀ, ਕਿਉਂਕਿ ਮੈਂ 2 ਦਿਨ ਤੋਂ ਇਹ ਸੁਣ ਰਿਹਾ, ਇਹ ਕਾਫੀ ਕਨਫਿਊਜ਼ਨ ਪੈਦਾ ਕੀਤੀ ਇਹਨਾਂ ਦੇ ਬਿਆਨ ਨੇ, ਤੇ ਹੋ ਸਕਦਾ ਇਹਨਾਂ ਲੋਕੀ ਇਸ ਅੰਡਰਸਟੈਂਡ ਕਰਨ ਵੀ ਇਹ ਕੀ ਹੋ ਰਿਹਾ। ਥੈਂਕ ਯੂ ਵੀਰ ਜੀ, ਧੰਨਵਾਦ ਜੀ, ਧੰਨਵਾਦ ਜੀ। ਕਰਨ ਸਿੰਘ ਜੀ, ਲਾਈਨ ਨੰਬਰ 4। ਹਾਂ ਜੀ, ਪਹਿਲਾਂ ਤਾਂ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਧੰਨਵਾਦ ਜੀ। ਬਸਰਾਨ ਸਾਹਿਬ ਜਗਰੂਪ ਬਰਾੜ ਹੋਰਾਂ ਨੂੰ ਲੈ ਕੇ ਆਏ ਆ ਔਰ ਗੱਲ ਕਲੀਅਰ ਹੋਈ ਹੈਗੀ, ਕਿਉਂਕਿ ਇਹ ਮਸਲਾ ਕੱਲ ਸਵੇਰੇ ਤੋਂ ਸ਼ੁਰੂ ਹੋ ਗਿਆ ਸੀਗਾ ਔਰ ਉਸ ਤੋਂ ਬਾਅਦ ਸਪੈਸ਼ਲੀ ਮਤਲਬ ਕਿ ਟਾਰਗੇਟ ਕਰਕੇ ਜਗਰੂਪ ਬਰਾੜ ਹੋਰਾਂ ਨਾਲ, ਦੇਖੋ ਜੇ ਕੋਈ ਚੰਗਾ ਕੰਮ ਕਰਨਗੇ ਤਾਂ ਵੀ ਅਸੀਂ ਉਹਨਾਂ ਦੀ ਐਕਸੈਪਟ ਕਰਾਂਗੇ, ਜੇ ਕਿਤੇ ਸਾਨੂੰ ਲੱਗੂਗਾ ਉੱਥੇ ਸਾਡਾ ਹੱਕ ਬਣਦਾ ਆ ਕਿ ਗਲਤ ਕਰ ਰਹੇ ਹੈਗੇ ਹਨਾ ਜੀ, ਬਟ ਬਗੈਰ ਮਤਲਬ ਦੇ ਕਿਸੇ ਗੱਲ ਨੂੰ ਜਿਹੜਾ ਉਛਾਲਣਾ ਹੈਗਾ ਉਹ ਸਹੀ ਨੀ ਹੈਗਾ, ਖਾਸ ਤੌਰ ਦੇ ਉੱਤੇ ਜ਼ਿੰਮੇਵਾਰ ਇਨਸਾਨ ਆ ਸਾਰੇ ਅਸੀਂ। ਮੈਂ ਸਮਝ ਸਕਦਾ ਕਿ ਬਾਈਟਕ ਦੇ MLA ਸਾਹਿਬ ਆ ਜਿਹੜੇ ਉਹਨਾਂ ਨੂੰ ਸਾਡੀਆਂ ਕਦਰਾਂ ਕੀਮਤਾਂ ਰਵਾਇਤਾਂ ਬਾਰੇ ਸਿੱਖੀ ਰੋਹ ਰੀਤਾਂ ਬਾਰੇ ਨਾ ਪਤਾ ਹੋਊਗਾ, ਪਰ ਜਿਹੜੇ ਉਹਨਾਂ ਦੇ ਸਲਾਹਕਾਰ ਆ ਮੈਨੂੰ ਲੱਗਦਾ ਉਹਨਾਂ ਦਾ ਮਤਲਬ ਕਿ, ਹੁਣ ਮੈਂ ਇੱਕ ਐਗਜ਼ਾਮਪਲ ਛੋਟੀ ਜਿਹੀ ਦਿੰਦਾ ਗਿੱਲ ਸਾਹਿਬ, ਜਿਹੜੀ ਮਸਜਿਦ ਹੈ ਨਾ 72 ਤੇ 124 ਤੇ ਇਹ ਅੱਗ ਲੱਗ ਗਈ ਸੀਗੀ ਇਹਨੂੰ, ਔਰ ਇਹਦਾ ਇੰਸ਼ੋਰੈਂਸ ਆਮ ਇੱਥੇ ਹੁੰਦਾ ਹੀ ਹੈ ਬਿਲਡਿੰਗ ਦੇ ਵਿੱਚ, ਉਹ ਕਹਿੰਦੇ ਸੀਗੇ ਅਸੀਂ ਇੰਸ਼ੋਰੈਂਸ ਦੇ ਪੈਸੇ ਲੈ ਕੇ ਮਸਜਿਦ ਨਹੀਂ ਬਣਾਉਣੀ, ਸਾਡੇ ਇਹ ਧਰਮ ਦੇ ਖਿਲਾਫ ਆ।
ਉਹਨਾਂ ਨੇ ਆਪ ਪੈਸੇ ਇਕੱਠੇ ਮੁਸਲਿਮ ਭਾਈਚਾਰੇ ਨੇ ਕਰਕੇ ਕਿੱਡੀ ਸ਼ਾਨਦਾਰ ਬਿਲਡਿੰਗ ਤਾਮੀਰ ਕੀਤੀ ਆ ਉੱਥੇ। ਸੋ ਹਰੇਕ ਧਰਮ ਦੇ ਆਪਣੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ। ਸਾਡੇ ਗੁਰਦੁਆਰਾ ਸਾਹਿਬਾਨ ਆ ਉਹ ਕੋਈ ਖੈਰਾਤੀ ਸੰਸਥਾਵਾਂ ਥੋੜੀਆਂ ਕਿ ਜਿਹੜੀਆਂ ਖੈਰਾਤ ਲਾ ਕੇ ਲੋਕਾਂ ਤੋਂ ਤੇ ਮੂਹਰੇ ਫੇਰ ਵੰਡਦੀਆਂ ਫਿਰਦੀਆਂ ਆ, ਨਹੀਂ। ਉੱਥੇ ਗੁਰੂ ਕਾ ਲੰਗਰ ਸਭ ਦੇ ਲਈ ਸਾਂਝਾ ਹੈਗਾ ਆ। ਔਰ ਦੂਸਰੀ ਗੱਲ ਇਹਦੇ ਵਿੱਚ ਮੈਂ ਹੁਣ ਜੇ ਕਵਾਂ ਪੋਲੀਟਿਕਸ ਇਹਦੇ ਵਿੱਚ ਇਹੀ ਆ ਕਿ ਜਦੋਂ ਇੰਡੀਆ ਦੇ ਵਿੱਚ ਜਿਹੜੀ ਇੱਕ ਸੂਬੇ ਦੀ ਮੁੱਖ ਮੰਤਰੀ ਉਹਨੂੰ ਦੱਸਣਾ ਪੈਂਦਾ ਕਿ ਮੈਂ ਸ਼ਾਨ ਦਿਆਲ ਪੰਡਿਤ ਆ, ਮੇਰਾ ਆਹ ਗੋਤ ਆ, ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ, ਗੁਜਰਾਤ ਚ ਜਾ ਕੇ ਉਹ ਜਨੇਊ ਦਿਖਾਉਂਦਾ ਆ ਪਾ ਕੇ ਉੱਥੇ ਲੋਕਾਂ ਨੂੰ, ਧਰਮ ਦੇ ਨਾਂ ਦੇ ਉੱਤੇ ਮਰਗਲਾਇਆ ਜਾ ਸਕਦਾ। ਸੋ ਇਹਨਾਂ ਸੋਚਿਆ ਕਿ ਠੀਕ ਹੈ ਧਰਮ ਦਾ ਪੱਤਾ ਖੇਲ ਦਿੰਦੇ ਆ। ਔਰ ਰੇਡੀਓ ਉੱਤੇ ਮੈਂ ਹੁਣ ਕੀ ਕਵਾਂ ਕਿ ਰੇਡੀਓ ਨੂੰ ਸਾਫ਼ ਸੁਥਰੀ ਪੱਤਰਕਾਰੀ ਜਾਂ ਜੋ ਵੀ ਹੈਗਾ ਉਹ ਕਰਨਾ ਚਾਹੀਦਾ ਹੈਗਾ, ਬਗੈਰ ਮਤਲਬ ਦੇ ਨਹੀਂ। ਬਾਕੀ ਤਾਂ ਮੈਂ ਕਹਿੰਦਾ ਹੈਗਾ ਕਿ ਚਲੋ ਜਾਣੇ ਅਣਜਾਣੇ ਚ ਲੋਕੀ ਬਾਕੀ ਕੁਐਸਚਨ ਠਾ ਸਕਦੇ ਆ, ਬਟ ਜਿਹੜਾ ਇੱਕ ਸਿੱਖ ਹੈਗਾ ਆ, ਸਿੱਖ ਹਿਰਦਾ ਕੋਈ ਵੀ ਮੇਰੇ ਖਿਆਲ ਇਸ ਗੱਲ ਦੇ ਹੱਕ ਵਿੱਚ ਨਹੀਂ ਹੈਗਾ। ਔਰ ਬਗੈਰ ਮਤਲਬ ਦੇ ਤੁਸੀਂ ਜਗਰੂਪ ਬਰਾੜ ਨੂੰ ਮੈਂ ਕੱਲ ਇੰਨਾ ਸਿਖਾ ਕਿ ਸਿਰਫ ਇਹਨਾਂ ਨੂੰ ਇੱਕ ਫਤਵਾ ਜਾਰੀ ਨਹੀਂ ਕੀਤਾ ਉਹਨੂੰ, ਨਹੀਂ ਤਾਂ ਮਤਲਬ ਕਿ ਕਸਰ ਕੋਈ ਨਹੀਂ ਛੱਡੀ ਬੋਲਣ ਵਾਲੀ, ਜੇ ਹੋ ਗਿਆ ਵੋ ਹੋ ਗਿਆ, ਜੇ ਕਰ ਦੇਂਗੇ ਐਸੇ ਕਰ ਦੇਂਗੇ ਵੈਸੇ ਕਰ ਦੇਂਗੇ। ਠੀਕ ਆ, ਤੁਸੀਂ ਕਿਸੇ ਨਾਲ ਤੁਹਾਡੀ ਪਰਸਨਲ ਕਿਹੜੀ ਹੈਗੀ ਆ ਵੱਖਰੀ ਗੱਲ ਆ, ਬਟ ਫਿਰ ਤੁਸੀਂ ਉਹਨੂੰ ਕਮਿਊਨਿਟੀ ਦਾ ਮਸਲਾ ਕਿਉਂ ਬਣਾਉਂਦੇ ਆ, ਧਰਮ ਦਾ ਮਸਲਾ ਕਿਉਂ ਬਣਾਉਂਦੇ ਆ, ਸਿੱਧੇ ਹੋ ਕੇ ਲੜ ਲਓ ਜਿਹੜਾ ਲੜਨਾ ਜੀ। ਮੈਂ ਕਿਸੇ ਦੇ ਖਿਲਾਫ਼ ਬੋਲਦਾ, ਮੈਂ ਸ਼ਰੇਆਮ ਕਹਿੰਦਾ ਆ। ਗਿੱਲ ਸਾਹਿਬ ਆਪਣੇ ਸੁਖ ਧਾਰੀਵਾਲ ਸਾਹਿਬ ਐਮ ਪੀ ਸਾਹਿਬ ਆ, ਜਦੋਂ ਪਿਛਲੀ ਜਦੋਂ ਟਰਨ ਓਵਰ ਸੀਗੀ ਉਹਨਾਂ ਦੀ, ਉਹਦੇ ਵਿੱਚ ਕੈਂਡਲ ਲਾਈਟ ਵਿਜ਼ਲ ਕੀਤਾ ਗਿਆ ਸੀ, ਜਿਹੜੇ ਦੋ ਬੱਚੇ ਮਾਸੂਮ ਜਿਹੜੇ ਇਨੋਸੈਂਟ ਜਿਨ੍ਹਾਂ ਨੂੰ ਗਰਾਊਂਡ ਵਿੱਚੋਂ ਚੱਕ ਕੇ ਲੈ ਗਏ ਸੀਗੇ, ਉਹਨਾਂ ਦੇ ਮਤਲਬ ਕਿ ਉਹਨਾਂ ਵਾਸਤੇ ਕੈਂਡਲ ਲਾਈਟ ਵਿਜ਼ਲ ਹੋਏ, ਉੱਥੇ ਇਹਨਾਂ ਦੇ ਨਾਲ ਕਾਫੀ ਬਦਤਮੀਜ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਧਾਰੀਵਾਲ ਸਾਹਿਬ ਦੇ ਨਾਲ ਜਦੋਂ ਉੱਥੇ ਪਹੁੰਚੇ ਹੈ ਨਾ ਇਹ। ਦੂਸਰੇ ਹੀ ਦਿਨ ਮੈਂ ਰੇਡੀਓ ਉੱਤੇ ਜਦੋਂ ਵੀ ਮੈਨੂੰ ਮੌਕਾ ਮਿਲਿਆ, ਮੈਂ ਕਿਹਾ ਜੀ ਮੈਨੂੰ ਇਹ ਗੱਲ ਬਿਲਕੁਲ ਚੰਗੀ ਨਹੀਂ ਲੱਗੀ ਹੈਗੀ ਕਿ ਇੱਕ ਚੁਣੇ ਹੋਏ ਨੁਮਾਇੰਦੇ ਨਾਲ ਤੁਸੀਂ ਇਸ ਹੱਦ ਤੱਕ ਜਾ ਕੇ ਵੀ ਉਹਨਾਂ ਨਾਲ ਚੰਗਾ ਮਾੜਾ ਉਹਨਾਂ ਨੂੰ ਬੋਲ ਸਕਦੇ ਆ। ਸਾਡੇ ਆਪ ਸਿਆਸੀ ਵਿਰੋਧ 100 ਹੋਣਗੇ, ਮੈਂ ਨਹੀਂ ਪਸੰਦ ਕਰਦਾ ਲਿਬਰਲ ਨੂੰ, ਮੈਂ ਨਹੀਂ ਕਰਦਾ, ਬਟ ਇਹ ਨਹੀਂ ਹੈਗਾ ਕਿ ਗਲਤ ਗੱਲ ਨੂੰ ਅਸੀਂ ਗਲਤ ਤੇ ਕਹੀ ਜਾਣਾ ਹੈਗਾ ਆ। ਹਿੰਮਤ ਹੋਣੀ ਚਾਹੀਦੀ ਹੈ ਤੁਹਾਡੇ ਵਿੱਚ, ਔਰ ਤੁਹਾਡਾ ਧੰਨਵਾਦ ਬਹੁਤ ਬਹੁਤ। ਔਰ ਇਹ ਜਿਹੜੇ ਚਾਲਾਂ ਚੱਲ ਰਹੇ ਹੈਗੇ, ਜਨਤਾ ਹੁਣ ਬਹੁਤ ਸਿਆਣੀ ਹੋ ਗਈ ਆ, ਹੁਣ ਭੇਡਾਂ ਬੱਕਰੀਆਂ ਨਹੀਂ ਹੈਗੀਆਂ। ਔਰ ਜਿਹੜੇ ਚੌਧਰੀ ਆ, ਚੌਧਰੀਆਂ ਦਾ ਵੀ ਲੋਕਾਂ ਨੂੰ ਪਤਾ ਲੱਗ ਗਿਆ ਆ, ਔਰ ਇਹਦੇ ਵਿੱਚ ਮੀਡੀਆ ਦਾ ਹੀ ਬਹੁਤ ਵੱਡਾ ਹੱਥ ਆ। ਮੈਂ ਫੇਰ ਬੇਨਤੀ ਕਰੂੰਗਾ ਲੋਕਾਂ ਨੂੰ ਜਾਗਰੂਕ, ਮੀਡੀਆ ਦੇ ਖਿਲਾਫ਼ ਇਹ ਘੜਮ ਚੌਧਰੀਆਂ ਦੇ ਖਿਲਾਫ਼ ਮੀਡੀਆ ਨੇ ਕੀਤਾ ਆ, ਬਾਕੀ ਹੁਣ ਅਸੀਂ ਵੀ ਇੰਨੇ ਕੁ ਜਾਗਰੂਕ ਹੋ ਗਏ ਕਿ ਜੇ ਕੋਈ ਕਿਸੇ ਦਾ ਕਰੈਕਟਰ ਅਸੈਸੀਨੇਸ਼ਨ ਕਰਦਾ ਬਗੈਰ ਮਤਲਬ ਦੇ, ਅਸੀਂ ਉਹਨੂੰ ਵੀ ਕੰਡੈਮ ਕਰਦੇ ਹਾਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਜੀ। ਵਪਾਰਕ ਸੰਦੇਸ਼ ਤੋਂ ਬਾਅਦ ਫਿਰ ਆਪਾਂ ਅਗਲੀ ਜਿਹੜੀ ਗੱਲਬਾਤ ਤੋਰਾਂਗੇ 20ਵੀਂ ਸਦੀ ਦੀ ਸਿੱਖ ਰਾਜਨੀਤੀ ਦੀ ਅਗਲੀ ਘੜੀ। ਕੱਲ ਜਿਹੜੀ ਆਪਾਂ ਗੱਲ ਜਿੱਥੇ ਛੱਡੀ ਸੀ, ਆਪਾਂ ਪੰਜਾਬੀ ਸੂਬੇ ਦੇ ਨੇੜੇ ਸ਼ੁਰੂਆਤ ਦੇ ਸਮੇਂ ਦੀ ਗੱਲ ਚੱਲ ਰਹੀ ਸੀ ਕਿ ਮਰਦਮਸ਼ੁਮਾਰੀ ਜਿਹੜੀ 1951 ਦੀ ਆ ਗਈ, ਜਿਹਦੇ ਵਿੱਚ ਇੱਕ ਵੱਡਾ ਮੋਰਚਾ ਜਿਹੜਾ ਉਹ ਪੰਜਾਬੀ ਬੋਲੀ ਦੇ ਖਿਲਾਫ ਵਿੱਢਿਆ ਗਿਆ 1951 ਚ। ਤੇ ਦੋ ਗੱਲਾਂ ਸਾਬਤ ਕਰਨ ਤੇ ਇਹ ਇਹਦੇ ਵਿੱਚ ਵੱਡੀ ਗੱਲ ਹੋਈ। ਇੱਕ ਤਾਂ ਇਹ ਵੀ ਪੰਜਾਬੀ ਸਿਰਫ ਸਿੱਖਾਂ ਦੀ ਬੋਲੀ ਹੈ, ਤੇ ਪੰਜਾਬ ਚ ਵਸਦੇ ਜਿਹੜਾ ਹਿੰਦੂ ਭਾਈਚਾਰਾ ਉਹਨਾਂ ਦੀ ਹਿੰਦੀ ਬੋਲੀ। ਦੂਜਾ ਕਿ ਖੁਦ ਜਿਹੜੇ ਪੰਜਾਬੀ ਬੋਲਦੇ ਇਲਾਕੇ ਅੰਦਰ ਵੀ ਪੰਜਾਬੀ ਸੂਬੇ ਦੀ ਮੰਗ ਦਾ ਸਮਾਜਿਕ ਆਧਾਰ ਸੀਮਤ ਹੈ। ਇਹ ਇੱਕ ਵੱਡੀ ਜਿਹੜੀ ਇਹਦੇ ਤੇ ਕਹਾਣੀ ਚੱਲੀ। ਅੱਛਾ, ਇਹਦੇ ਚ ਜਿਹੜੀ ਸਵਰਨ ਜਾਤੀਆਂ ਨੇ ਅਲੀਟ ਨੇ ਉੱਪਰਲਿਆਂ ਨੇ ਉਹਨਾਂ ਨੇ ਸਿੱਖ ਜਿਹੜਾ ਦਲਿਤ ਭਾਈਚਾਰਾ ਉਹਨੂੰ ਇਹਦੇ ਚ ਟਾਰਗੇਟ ਕੀਤਾ ਵੀ ਉਹਨਾਂ ਨੂੰ ਇੱਧਰ ਖਿੱਚਣਾ, ਉਹਨਾਂ ਦੀ ਰਿਜ਼ਰਵੇਸ਼ਨ ਜਿਹੜਾ ਸਿੱਖਾਂ ਦੇ ਵਿੱਚ ਦਲਿਤ ਭਾਈਚਾਰਾ ਉਹਨਾਂ ਨੂੰ ਰਿਜ਼ਰਵੇਸ਼ਨ ਕਿਸੇ ਨੂੰ ਨਹੀਂ ਸੀ ਦਿੱਤੀ। ਪਹਿਲਾਂ ਚ ਜਿਹੜਾ ਹਿੰਦੂ ਧਰਮ ਦੇ ਥੱਲੇ ਦਲਿਤ ਭਾਈਚਾਰਾ ਸੀ ਉਹਨਾਂ ਨੂੰ ਰਿਜ਼ਰਵੇਸ਼ਨ ਦੇ ਵਿੱਚ ਰੱਖਿਆ ਸੀ। 51 ਦੀ ਮਰਦਮਸ਼ੁਮਾਰੀ ਦੇ ਵਿੱਚ ਉਹਨਾਂ ਨੇ ਫਿਰ ਇਸ ਗੱਲ ਤੇ ਖਿੱਚਣ ਦੀ ਉਹਨਾਂ ਨੂੰ ਕੋਸ਼ਿਸ਼ ਕੀਤੀ ਵੀ ਤੁਸੀਂ ਇੱਧਰ ਆ ਜਾਓ, ਭਾਸ਼ਾ ਲਿਖਾ ਦਿਓ ਹਿੰਦੀ, ਤੇ ਤੁਸੀਂ ਸਾਡੇ ਦਲਿਤ ਵਰਗ ਦੇ ਵਿੱਚ ਆ ਜਾਓ, ਤੁਹਾਨੂੰ ਰਿਜ਼ਰਵੇਸ਼ਨ ਮਿਲ ਜੂ। ਇਹਦੇ ਚ ਉਹਨਾਂ ਨੇ ਉਸ ਸਮੇਂ ਦੇ ਲੀਡਰ ਮਾਸਟਰ ਗੁਰਵੰਤਾ ਸਿਉਂ ਤੇ ਪ੍ਰਿਥਵੀ ਸਿੰਘ ਆਜ਼ਾਦ, ਇਹ ਬੰਦੇ ਮੂਹਰੇ ਦੋ ਦਲਿਤ ਭਾਈਚਾਰੇ ਦੇ ਜਿਹੜੇ ਲੀਡਰ, ਉਹ ਇਹਨਾਂ ਨੂੰ ਟਾਰਗੇਟ ਕਰਕੇ ਇਹਨਾਂ ਦੇ ਰਾਹੀਂ ਕੰਮ ਕੀਤਾ। ਇਹ ਬਹੁਤ ਵੱਡਾ ਇੱਕ ਪੱਥਰ ਜਿਹੜਾ ਉਸ ਸਮੇਂ ਖੇਲਿਆ ਗਿਆ ਜਿਹਦੇ ਵਿੱਚ ਕਿ 1951 ਦੀ ਮਰਦਮਸ਼ੁਮਾਰੀ ਵੀ ਤੁਸੀਂ ਚੇਂਜ ਹੋ ਜਾਓ, ਤੁਸੀਂ ਜਿਹੜਾ ਇੱਥੇ ਸਿੱਖਾਂ ਦੇ ਦਲਿਤ ਵਰਗ ਪੰਜਾਬੀ ਲਿਖੋਗੇ ਜਾਂ ਸਿੱਖ ਦੇ ਤੌਰ ਤੇ ਰੋਕੋਗੇ, ਤੁਹਾਨੂੰ ਰਿਜ਼ਰਵੇਸ਼ਨ ਨਹੀਂ ਕੋਈ ਮਿਲਣੀ।
अच्छा जे देखो भी पंजाब च बैठी प्रेस ने ही काम किया च नहीं नहीं ये नहीं है एक घट गिनतियां नू दिल्ली दे विच सरकारां जिहड़ियां बैठियां ने उहनां दे विच कई बार सानू फर्क लगन लगदा वी नहीं कांग्रेस सिखां दी दुश्मण है भाजपा नहीं सिखां दी दुश्मण भाजपा सिखां दी दुश्मण है सिखां दी कांग्रेस नहीं दुश्मण नहीं जे 1978 दे समय नरक निरंकारियां दे समय जे जे देखो जां डसाई दी सरकार बनी आ वाजपेयी उन्होंने की बोलिया जाके नरकधारियां दे जाके उत्थे आश्रम च भी सानू ते जद गिरवचना बाहर नू निकलिया बाहरले गेड़े दे विच उहदे लई सारी जिहड़ी प्लैन दुनिया दे विच अंबैसियां तों जिन्नी उहदी जिहड़ा वड्डा उहदा इक रैड कारपेट वेलकम कीता गया देशां च उहदियां इंस्ट्रक्शनां जिहड़ियां वाजपेयी डसाई दी सरकार वल्लों उस समय होई जिथे जिथे पंजाब दे विच जलंधर दी प्रेस ने इस ते बहुत वड्डा काम विनाशकारी भूमिका निभाई ते उहदे च ट्रिब्यून ने ते दिल्ली दी जिहड़ी नैशनल प्रेस आ उहदे च जिहड़े लीडर सी उहदे च जवाहर लाल नेहरू मरारजी देसाई गुलजारी लाल नंदा चौधरी चरण सिंह महावीर त्यागी अटल बिहारी वाजपेयी लाल बहादुर शास्त्री एक बराबर पार्टियां तो उपर उठ के सारिया ने इस पंजाबी सूबे नाले वादे किए हुए ने साउथ च बनाते पेरियर ने कह के बना दे उहदी भी पर जिहड़ी 1962 दी देश दी जंग जद होई अपने चीन नाल उहदा जिहड़ा द्राविड़ स्थान दे तौर ते जिहड़ा उहदा बहुत वड्डा एक उहने छुरी कर्मकांडां दे खिलाफ विधी होई सी उह उस समय देश दी अखंडता ते देश दे बाहरी खतरे तों डरदे जद भी मिनोरिटी नूं किल करना किसे देश ने उहने बाहरी खतरे दी देश दी अखंडता दी गल करनी करनी नेतन्याहू लग्या होया हुण देखो उह कहिंदा ना उहदी सरकार डावांडोल है उन्हें हमास से हमास उत्थे ही है उत्थे ही गाजा है कोई नवा उन्होंने बॉम्बिंग नहीं की थी रमादान के समय स्पेसिफिकली सैट करके अलाक्सा मस्जिद के बिचो कहने तुसी इधर नहीं आ सकते इस तरह ही पंजाब भारत च हुंदा जद उन्होंने लगता है सरकार के बिच स्थिरता है पंजाब च देख लो पंजाब का मुख्यमंत्री कोई हो जो हारदा लगो उन्हें उसे समय बॉर्डर वालू निगाह कर देखो जी बॉर्डर तो बंदे ਤੁਸੀਂ ਦੇਖ ਲਓ ਹੁਣ ਲਾਂਘੇ ਦੇ ਸਮੇਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਘਰੇ ਕੀ ਹੈ ਬਈ ਇਹਦੇ ਚ ਆਹ ਹੋਜੂ ਜੇ ਹੋਜੂ ਉਹ ਹੋਜੂ ਤੇ ਉਧਰ ਸੀਤਾਫਲ ਦੇਖ ਲਾ ਫਿਰ ਕਿਵੇਂ ਮੰਗੇ ਜਾ ਰਹੇ ਨੇ ਇਸਲਾਮਾਬਾਦ ਤੋਂ ਲਾਲ ਕੋਠੀ ਚ ਬੈਠੇ ਉਹ ਕਹਿੰਦੇ ਰੇਕੀ ਕਰਾ ਸੀਤਾਫਲ ਦੀ ਭੇਜ ਜਾ ਕੇ ਖੂਬੀ ਰਾਮ ਨੂੰ ਜਾਨ ਖੂਬੀ ਰਾਮ ਨੂੰ ਨਹੀਂ ਭੇਜਦਾ ਸੀਤਾਫਲ ਚੈੱਕ ਕਰ ਤੇ ਉਸ ਸਮੇਂ ਕੁਛ ਨੀ ਹੈ ਬਈ ਉਹ ਨਾ ਕਿਸੇ ਨੂੰ ਪਤਾ ਹੈ ਵੀ ਉਹਦੀਆਂ ਤੰਦਾਂ ਕਿੱਥੇ ਨੇ ਉਹ ਕਿਹਦੇ ਲਈ ਕੰਮ ਕਰਦੀ ਹੈ ਉਹ ਕਿਵੇਂ ਚੰਡੀਗੜ੍ਹ ਰਹਿੰਦੀ ਆ ਕੇ ਕਿਉਂਕਿ ਉਸ ਸਮੇਂ ਅਖੰਡਤਾ ਨੂੰ ਨੀ ਖਤਰਾ ਤੇ ਜਦ ਲੱਗੇ ਵੀ ਇਹ ਰਾਹ ਖੁੱਲ ਗਿਆ ਤੇ ਲਾਂਘਾ ਖੁੱਲਣ ਤੋਂ ਕਹਿੰਦੇ ਤਾਂ ਬਹੁਤ ਵੱਡੀ ਗਲਤੀ ਕੀਤੀ ਦੇਸ਼ ਦੀ ਸਰਕਾਰ ਅੱਛਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ 17 ਮਾਰਚ 1948 ਨੂੰ ਦਿੱਲੀ ਦੇ ਵਿੱਚ ਇੱਕ ਅਹਿਮ ਮੀਟਿੰਗ ਕੀਤੀ ਰਾਸ਼ਟਰੀ ਸਰਗਰਮੀਆਂ ਦੇ ਨੂੰ ਠੱਪ ਕਰਨ ਦੇ ਤੇ ਸਿੱਖ ਕੌਮ ਦੇ ਰਾਸ਼ਟਰੀ ਉਦੇਸ਼ਾਂ ਦੀ ਪੂਰਤੀ ਲਈ ਕਾਂਗਰਸੀ ਆਗੂਆਂ ਨੂੰ ਆ ਦੇਖੋ ਕੀ ਕਰਨ ਲੱਗੇ ਦੱਸਦਾ ਵੱਧ ਅਧਿਕਾਰਾਂ ਦੀ ਗੱਲਬਾਤ ਕਰਦੇ ਹੋਏ ਜਾਂ ਦੇਸ਼ ਦੀ ਸਰਕਾਰ ਬਣ ਗਈ ਮੁਸਲਮਾਨਾਂ ਦੀ ਵਿਰੋਧਤਾ ਖਤਮ ਹੋ ਗਈ ਉਹਨਾਂ ਨੇ ਪਾਕਿਸਤਾਨ ਬਣਾ ਲਿਆ ਤਾਂ ਇਹ ਅਹਿਮ ਜਿਹੜੀ ਮੀਟਿੰਗ ਦੇ ਵਿੱਚ ਅਕਾਲੀ ਨੇਤਾਵਾਂ ਨੇ ਪਤਾ ਕੀ ਕੀਤਾ 17 ਮਾਰਚ 1948 ਉਹ ਕਹਿੰਦੇ ਬਈ ਨੇਕ ਨੀਤੀ ਤੇ ਇਨਸਾਫ ਪਸੰਦੀ ਦੇ ਉੱਪਰ ਨਿਰਭਰ ਕਰਦਿਆਂ ਕਾਂਗਰਸ ਪਾਰਟੀ ਦੇ 1929 ਚ ਪਾਸ ਕੀਤੇ ਆਪਣੇ ਮਤੇ ਉੱਤੇ ਅਮਲ ਕਰਨ ਦਾ ਭਰੋਸਾ ਦਵਾਉਂਦੇ ਹੋਏ ਸਿੱਖ ਹਿੱਤਾਂ ਦਾ ਖਿਆਲ ਰੱਖਣ ਦਾ ਨਿਸ਼ਚਾ ਦੁਹਰਾਇਆ ਇਹਦੇ ਲਈ ਜਿੰਨੇ ਅਕਾਲੀ ਦਲ ਦੇ ਮੈਂਬਰ ਨੇ ਅਸੈਂਬਲੀ ਦੇ ਪੰਜਾਬ ਦੇ ਮੈਂਬਰ ਨੇ ਜਿਹੜੇ ਸਾਰੇ ਕਾਂਗਰਸ ਪਾਰਟੀ ਸ਼ਾਮਲ ਹੋ ਗਏ ਬਸ ਕਾਂਗਰਸ ਵਾਲੇ ਚਲੇ ਜਾਓ ਅਸੀਂ ਘੱਟ ਗਿਣਤੀਆਂ ਦੀ ਉੱਚ ਪੱਧਰੀ ਕਮੇਟੀ ਦੇ ਵਿੱਚ ਰਜਿੰਦਰ ਪ੍ਰਸਾਦ ਪੰਡਿਤ ਨਹਿਰੂ ਤੇ ਸਰਦਾਰ ਪਟੇਲ ਇਹ ਮਤੇ ਤੋਂ 8 ਮਹੀਨਿਆਂ ਬਾਅਦ 23 ਨਵੰਬਰ 1948 ਨੂੰ ਜਿਹੜੀ ਨੇਕ ਨੀਅਤੀ ਦੀ ਰਿਪੋਰਟ ਆਈ ਨਾ ਉਹ ਚੋਂ ਕਹਿੰਦੇ ਵੀ ਅਸੀਂ ਵੇਖਿਆ ਕਿ ਬੇਸ਼ਕ ਵੰਡ ਤੋਂ ਪਹਿਲਾਂ ਤੇ ਬਾਅਦ ਵੀ ਪੰਜਾਬ ਦੇ ਸਿੱਖਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਅਸੀਂ ਇਸ ਨਤੀਜੇ ਤੇ ਪਹੁੰਚੇ ਹਾਂ ਕਿ ਉਹਨਾਂ ਨੂੰ ਘੱਟ ਗਿਣਤੀ ਦੇ ਆਧਾਰ ਤੇ ਕੋਈ ਵਿਸ਼ੇਸ਼ ਅਧਿਕਾਰ ਦੇਣਾ ਉਚਿਤ ਨਹੀਂ ਨੇਕ ਨੀਤੀ ਹੋ ਗਈ ਖਤਮ 1950 ਚ
एक जथेबंदी जिहड़ी सिखां नूं ढा लाउण लई, जिवें हुण भी सिख संगत दी जेब उह बड़ियां ने पंजाब दे विच, वड्डे वड्डे जिहड़े जथे ने उहनां दे लीडर भी हुण पूरे ट्रेन करके उहनां ने बिठाए ने। आल इंडिया नैशनल सिख पार्टी बनाती 1950 च, उहदा इक्को इक मंत्र सी कि मास्टर तारा सिंह दी लीडरशिप नूं जिन्ना हो सके उहनूं ढा लाउणी। मास्टर तारा सिंह उहनां नूं घेरन दा यतन करदे सी, ज्यादातर लीडर जिहदे च ਗਿਆਨੀ ਕਰਤਾਰ ਸਿੰਘ ਦਾ ਸਭ ਤੋਂ ਉੱਪਰਲਾ ਨੰਬਰ ਸੀ ਤੇ ਉਹ ਕਾਂਗਰਸ ਉਹਦੇ ਤੇ ਜਦ ਇਹ ਉਸਦਾ ਮੇਨ ਜਿਹੜਾ ਸੰਤੋਖ ਸਿੰਘ ਵਿਦਿਆਰਥੀ ਨਾਂ ਦਾ ਇੱਕ ਨੇਤਾ ਸੀ, 30 ਜੁਲਾਈ 1950 ਨੂੰ ਪੰਡਿਤ ਜਵਾਹਰ ਲਾਲ ਨਹਿਰੂ ਦੇ ਨਾਂ ਲਿਖੇ ਖੱਤ ਵਿੱਚ ਗੁਜ਼ਾਰਿਸ਼ ਕੀਤੀ ਉਹਨੇ ਕਿ ਵੀ ਅਸੀਂ ਜਿੰਨੇ ਸਿੱਖਾਂ ਦੇ ਵਿੱਚ ਨੈਸ਼ਨਲਿਸਟ ਹਾਂ ਅਸੀਂ, ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਪੰਡਿਤ ਜੀ ਉਹਨਾਂ ਨੇ ਉਦਣੇ ਸਰਦਾਰ ਪਟੇਲ ਕੋਲੇ ਪਹੁੰਚਦੀ ਕਰ ਦਿੱਤੀ ਤੇ ਨਾਲ ਸਿਫਾਰਸ਼ੀ ਨੋਟ ਭੇਜ ਦਿੱਤਾ ਨੱਥੀ ਕਰਕੇ ਤੇ ਸੁਝਾਅ ਦਿੱਤਾ ਕਿ ਉਹ ਤੇ ਉਹਦੇ ਸਾਥੀ ਤੁਹਾਨੂੰ ਮਿਲਣ ਤੇ ਆਪਣਾ ਨੁਕਤਾ ਨਜ਼ਰ ਤੁਹਾਨੂੰ ਸਮਝਾ ਦੇਣ। ਉਹਨਾਂ ਨੇ ਚਿੱਠੀ ਚ ਜਿਹੜਾ ਮੈਨੂੰ ਲਿਖਿਆ ਕਾਫੀ ਤੰਤ ਹੈ। ਉਹਦੇ ਬਾਅਦ ਪਟੇਲ ਉਹਨਾਂ ਨੇ ਜਵਾਬ ਦਿੱਤਾ, ਕਹਿੰਦਾ ਸਵਾਲ ਇਹ ਹੈ ਕਿ ਸੰਤੋਖ ਸਿੰਘ ਵਿਦਿਆਰਥੀ ਦੇ ਪੱਲੇ ਕੀ ਹੈ, ਇਹਦੇ ਪੱਲੇ ਕੱਖ ਨਹੀਂ, ਇਹ ਕੁਛ ਨੀ, ਇਹ ਤਾਂ ਛਾਪਣ ਵਾਲੇ ਨੇ ਕੁਛ, ਇਹਨਾਂ ਨੂੰ ਬਾਹਲਾ ਜਿਹੜਾ ਆਪਾਂ ਨੀ ਪ੍ਰਭਾਵ ਸਕਦੇ, ਸਾਨੂੰ ਬੰਦੇ ਉਹ ਚਾਹੀਦੇ ਨੇ ਜਿਹੜੇ ਮਾਸਟਰ ਤਾਰਾ ਸਿੰਘ ਦੀਆਂ ਸਰਗਰਮੀਆਂ ਨੂੰ ਮੋੜ ਦੇਣ। ਤੇ ਹੁਣ ਮੈਂ ਕੁਛ ਅਖੌਤੀ ਜਿਹੜੇ ਅਖੌਤੀ ਪੰਥਕ ਸਿੱਖ ਨੇ ਜਿਹੜੇ ਕਾਂਗਰਸ ਪਾਰਟੀ ਚ ਆ ਗਏ ਉਹਨਾਂ ਨਾਲ ਗੱਲ ਕਰ ਚੁੱਕਿਆ, ਉਹਨਾਂ ਨੂੰ ਆਪਾਂ ਸੈੱਟ ਕਰਾਂਗੇ ਮਾਸਟਰ ਤਾਰਾ ਸਿੰਘ ਦੇ। ਉਹ ਕੌਣ ਨੇ? ਬਲਦੇਵ ਸਿੰਘ, ਗਿਆਨੀ ਕਰਤਾਰ ਸਿੰਘ, ਈਸ਼ਵਰ ਸਿੰਘ ਬਜਾਇਰ ਹੋਣੀ, ਇਹਨਾਂ ਦੇ ਰਾਹੀਂ ਮਾਸਟਰ ਤਾਰਾ ਸਿੰਘ ਦੀ ਲੀਡਰਸ਼ਿਪ ਨੂੰ ਢਾ ਜਿਹੜੀ ਲਾਉਣੀ ਹੈ। ਇਹ ਇਹ ਕਾਗਜ਼ ਪੱਤਰ ਪਟੇਲ ਤੇ ਨਹਿਰੂ ਦੇ ਚੱਲ ਰਿਹਾ। ਬਸ ਇਸ ਤੋਂ ਬਾਅਦ ਬਸ ਇਹਨਾਂ ਨੇ ਸਰਕਰਦਾ ਜਿਹੜੇ ਪੰਥਕ ਆਗੂ ਲਾਉਂਦੇ ਆ ਇਹਨਾਂ ਨੇ ਸ਼ਰੇਆਮ ਜਿਹੜਾ ਪੰਜਾਬੀ ਸੂਬੇ ਦੇ ਖਿਲਾਫ਼ ਬੋਲਣਾ ਸ਼ੁਰੂ ਕੀਤਾ। ਬਲਦੇਵ ਸਿੰਘ ਕੇਂਦਰ ਚ ਰੱਖਿਆ ਮੰਤਰੀ, ਗਿਆਨੀ ਕਰਤਾਰ ਸਿੰਘ, ਈਸ਼ਰ ਸਿੰਘ ਪੰਜਾਬ ਦੀ ਕਾਂਗਰਸੀ ਵਜ਼ਾਰਤ ਚ ਮਾਲ ਮੰਤਰੀ ਤੇ ਵਿਕਾਸ ਮੰਤਰੀ ਦੋਨੇ। ਤੇ ਜਦ ਕਾਂਗਰਸੀ ਆਗੂਆਂ ਦੇ ਇਸ ਵਿਰੋਧ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ, ਵਰਕਿੰਗ ਕਮੇਟੀ ਨੇ 20 ਜੁਲਾਈ 1950 ਨੂੰ ਕਿਹਾ ਵੀ ਸਾਰੇ ਵਾਪਸ ਆ ਜਾਓ ਕਾਂਗਰਸ, ਕੋਈ ਨਾ ਆਇਆ, ਕੱਲਾ ਸਰਾਜ ਜਸਵੰਤ ਸਿੰਘ ਦੁੱਗਲ ਉਹ ਆਇਆ, ਕਿਸੇ ਨੇ ਨੀ ਮੰਨਿਆ। ਮਾਸਟਰ ਤਾਰਾ ਸਿੰਘ ਨੇ ਜਦ ਇਹ ਗੱਲ ਕੀਤੀ ਕਿ ਅਕਾਲੀ ਦਲ ਕਾਂਗਰਸ ਨਾਲ ਨਾਤਾ ਤੋੜਦਾ ਹੈ, ਬਸ ਫਿਰ ਕਾਂਗਰਸੀ ਆਗੂ ਜਿਹੜੇ ਆ ਗਏ ਹੋਏ ਸੀ, ਜਿਨ੍ਹਾਂ ਨੇ ਆਉਣਾ ਨਹੀਂ ਸੀ, ਹੁਣ ਆਨੰਦ ਲੈ ਰਹੇ ਸੀ, ਈਸ਼ਰ ਸਿੰਘ ਮਜੈਲ ਤੇ ਉਸ ਤੋਂ ਬਾਅਦ ਕਰਤਾਰ ਸਿੰਘ ਹੋਣੀ, ਇਹਨਾਂ ਨੇ ਬਸ ਸਿੱਧੀਆਂ ਕਰਤੀਆਂ ਤੋਪਾਂ ਫਿਰ ਕਾਂਗਰਸ ਮਤਲਬ ਮਾਸਟਰ ਤਾਰਾ ਸਿੰਘ ਵੱਲ। 15 ਦਸੰਬਰ ਨੂੰ ਅੰਮ੍ਰਿਤਸਰ ਦੇ ਵਿੱਚ ਕੁੱਲ ਹਿੰਦ ਕਾਂਗਰਸ ਇੱਕ ਕਨਵੈਨਸ਼ਨ ਬੁਲਾਈ, ਜਿਹ ਚ ਪ੍ਰਤਾਪ ਸਿੰਘ ਕੈਰੋਂ, ਸਰਦੂਰ ਸਿੰਘ ਕਵੀਸ਼ਰ, ਸੁਰਜੀਤ ਸਿੰਘ ਮਜੀਠਾ, ਗੁਰਦਿਆਲ ਸਿੰਘ ਢਿੱਲੋਂ, ਸੋਹਣ ਸਿੰਘ ਜਲਾਲ ਉਸਮਾ, ਗਿਆਨੀ ਜੈਲ ਸਿੰਘ ਤੇ ਬੂਟਾ ਸਿੰਘ ਵਰਗੇ ਜਿਹੜੇ ਦੇਸ਼ ਭਗਤ ਕਾਂਗਰਸੀ ਸਿੱਖ ਜਿਹੜੇ ਉਹ ਸ਼ਾਮਿਲ ਹੋਏ। ਉਹੀ ਜਿਵੇਂ ਪਹਿਲਾਂ ਹਿਟਲਰ ਦੀ ਗੱਲ ਉਹ ਕਹਿੰਦਾ ਵੀ ਜਿਹੜੀਆਂ ਗੁਲਾਮ ਕੌਮਾਂ ਨੇ ਨਾ ਉਹਦੇ ਵਿੱਚੋਂ ਇੱਕ ਦਰੋਗਾ ਕੱਢ ਕੇ ਉਹਨਾਂ ਕੋਲ ਡਾਂਗ ਫੜਾਓ, ਆਪ ਨਾ ਫੇਰੋ। ਇਹੀ ਗੱਲ ਹੁੰਦੀ ਹੈ ਤੁਹਾਨੂੰ ਸੂਬੇ ਦੇ ਵਿੱਚ, ਉਹ ਕਹਿੰਦੇ ਵੀ ਮੁੱਖ ਮੰਤਰੀ ਬਣ ਜਾ, ਆਕਾਫਲਾ 20-50 ਗੱਡੀਆਂ ਦਾ ਰਹਿਣ ਨੂੰ ਲੈ, 2 ਸੈਕਟਰ ਚ ਕੋਠੀ ਆਨੰਦ ਲੈ, ਰੇਤ ਬਜਰੀ ਜੇ ਬੋ ਕਰ, ਠੇਕਾ ਲੈ ਤੇ ਠੇਕੇ ਦੀਆਂ ਬੋਤਲਾਂ ਪਿੱਛੇ ਪੈਸੇ ਲੈ, ਪਰ ਵਡਾਂਗਾ ਕਰ ਆਪਣੇ ਲੋਕਾਂ ਨੂੰ, ਜਿੰਨਾ ਚਿਰ ਵਡਾਂਗਾ ਕਰੇਗਾ ਤੇਰੀ ਦਰੋਗਾਗਰੀ ਨੂੰ ਕੋਈ ਨੀ ਹਿਲਾਉਂਦਾ। ਤੇ ਇਸ ਕਰਕੇ ਹੀ 20 ਜੂਨ 1951 ਨੂੰ ਦਿੱਲੀ ਦੀ ਰਾਮ ਲੀਲਾ ਗਰਾਊਂਡ ਚ ਬਾਬਾ ਖੜਕ ਸਿੰਘ ਦਾ ਜਨਮ ਦਿਨ ਮਨਾਉਣ ਦੇ ਲਈ ਨੈਸ਼ਨਲਿਸਟ ਸਿੱਖ ਫੇਰ ਇਕੱਠੇ ਹੋ ਗਏ। ਪੰਡਿਤ ਜਵਾਹਰ ਲਾਲ ਨਹਿਰੂ ਹੁਣੀ ਵੀ ਆ ਗਏ, ਉਹਨਾਂ ਨੇ ਦੇਸ਼ ਭਗਤੀ, ਕੌਮ ਪ੍ਰਸਤੀ
ਜਿਹੜੀ ਬਾਬਾ ਖੜਕ ਸਿੰਘ ਦੀ ਹੋਈ। ਪੰਜਾਬ ਸੂਬੇ ਦੇ ਕੱਟੜ ਸਮਰਥਕ ਜਿਹੜੇ ਸੀ ਸਰਦਾਰ ਹੁਕਮ ਸਿੰਘ ਤੇ ਗਿਆਨ ਸਿੰਘ ਰਾੜੇ ਵਾਲਾ, ਤੇ ਉਹਨਾਂ ਤੇ ਵੀ ਇੰਨੀ ਟਾਈਟ ਜਿਹੜੀ ਸਕੂਟਨਾਈਜ਼ ਕਰ ਦਿੱਤਾ ਉਹਨਾਂ ਨੂੰ ਵੀ, ਉਹ ਵੀ ਜਿਹੜਾ ਪੰਜਾਬੀ ਸੂਬੇ ਦੇ ਖਿਲਾਫ ਉਸ ਸਮੇਂ ਹੋ। ਅੱਛਾ, ਬਸਲ ਤਾਰਾ ਸਿੰਘ ਉਹਨਾਂ ਦੀ ਜਿਹੜੀ ਸੋਚਣੀ, ਅੱਗੇ ਵੀ ਆਪਾਂ ਬਹੁਤ ਵਾਰ ਗੱਲ ਕੀਤੀ ਹੈ ਕਿ ਬਸ ਤਾਰਾ ਸਿੰਘ ਤਿੱਖੀਆਂ ਲੜਾਈਆਂ ਤਾਂ ਉਹ ਲੜਦੇ, ਤੇ ਉਹ ਸੋਚਣ ਦੇ ਲਈ ਤੇ ਲੜਾਈ ਦੇ ਲਈ ਬਹੁਤ ਕਾਇਮ ਸੀ, ਪਰ ਕੂਟਨੀਤਿਕ ਜਿਹੜੇ ਬਹੁਤ ਘੱਟ ਉਹਨਾਂ ਦੇ ਡਿਸੀਜਨ ਹੁੰਦੇ। ਲੀਡਰਸ਼ਿਪ ਜਿਹੜੀ ਖਾੜਕੂ ਜਰਨੈਲ ਤਾਂ ਠੀਕ ਸੀ, ਪਰ ਕੂਟਨੀਤੀ ਵਾਲੇ ਪਾਸੇ ਵੀ ਕਦ ਸਮਝੌਤਾ ਕਰਨਾ ਕਦ ਨਹੀਂ ਕਰਨਾ, ਸੰਘਰਸ਼ ਦੇ ਵਿੱਚ ਤੇ ਕੂਟਨੀਤੀ ਆ ਜਿਹੜੀ ਉਹ ਦੋਨੇ ਪੈਰਲਲ ਚੱਲਦੇ ਨੇ, ਨਖੇੜ ਕੇ ਨਹੀਂ ਹੁੰਦੇ। ਲੜਾਈ ਦੇ ਵਿੱਚ ਬੈਠਿਆ ਹੋਇਆ ਜੇ ਲੜਾਈ ਦੇ ਅੰਦਰ ਸਮਝੌਤੇ ਦੇ ਅੰਸ਼ ਨਹੀਂ ਹੈ ਜਾਂ ਸਮਝੌਤੇ ਦੇ ਅੰਦਰ ਲੜਾਈ ਦੇ ਅੰਸ਼ ਨਹੀਂ ਤਾਂ ਸੰਘਰਸ਼ ਨਹੀਂ ਚੱਲ ਸਕਦਾ। ਦੋਨਾਂ ਦੇ ਵਿੱਚ ਚੀਜ਼ਾਂ ਲੈ ਕੇ ਚੱਲਣੀਆਂ ਪੈਂਦੀਆਂ ਕਿ ਲੜਾਈ ਦਾ ਸਮਝੌਤੇ ਚ ਕਰ ਜਾਣਾ, ਸਮਝੌਤਾ ਜੇ ਨਹੀਂ ਹੁੰਦਾ ਜਾਂ ਸਮਝੌਤੇ ਦੀ ਗੱਲ ਨਹੀਂ, ਉਹ ਚ ਲੜਾਈ ਕਿੱਥੇ ਲੁਕੀ ਬੈਠੀ। ਵਿਰੋਧ ਜਿਹੜੇ ਨੇ, ਵਿਰੋਧਾਂ ਦਾ ਨਿਪਟਾਰਾ ਜਦ ਹੁੰਦਾ ਤਾਂ ਜਦ ਉਸੇ ਸਮੇਂ ਸਮਝੌਤੇ ਹਨ। ਲੜਾਈ ਲੜਨੀ ਹੈ ਤਾਂ ਸਮਝੌਤਾ ਕਰਨਾ, ਦੋਨੇ ਮੌਕਿਆਂ ਤੇ ਜਿਹੜੀ ਦੁਸ਼ਮਣ ਧੇਰਾ ਉਹਦੇ ਵਿਰੋਧਾਂ ਦੀ ਤਸੀਰ ਦੇਖਣੀ ਪੈਂਦੀ ਹੈ ਵੀ ਉਹਨੂੰ ਕਿਵੇਂ। ਬਸ ਤਾਰਾ ਸਿੰਘ ਲੜਨ ਦੇ ਲਈ ਉਹ ਬਹੁਤ ਕਾਇਮ ਸੀ, ਪਰ ਕੂਟਨੀਤਿਕ ਜਿਹੜੇ ਉਹਦੇ ਡਿਸੀਜਨ ਸੀ ਉਹਨਾਂ ਦੇ ਵਿੱਚੋਂ ਕਹਾਣੀ ਉਹ ਕਈ ਵਾਰ ਗੱਲ ਕਰਦਾ। 1924 ਅਪ੍ਰੈਲ ਨੂੰ ਸੁਣਿਓ, 1948 ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਦੀ ਦੂਜੀ ਸਾਲਾਨਾ ਕਾਨਫਰੰਸ ਦੇ ਵਿੱਚ ਮਾਸਟਰ ਤਾਰਾ ਸਿੰਘ ਨੇ ਪ੍ਰਧਾਨਗੀ ਭਾਸ਼ਣ ਦੇ ਵਿੱਚ, ਤੇ ਜਿੱਥੇ ਕੌਮ ਦੀ ਨਿਆਰੀ ਸੋਚ ਦੀ ਗੱਲ ਕੀਤੀ, ਉੱਥੇ ਅੱਗੇ ਉਹ ਨਾਲ ਕੀ ਕਹਿ ਰਿਹਾ, ਮੈਂ ਦੇਸ਼ ਭਗਤੋਂ ਮੈਂ ਤੁਹਾਨੂੰ ਕੌਮ ਦੇ ਨਾਂ ਤੇ ਅਪੀਲ ਕਰਦਾ ਕਿ ਸਿੱਖਾਂ ਦੇ ਖਾਤਮੇ ਦੇ ਨਾਲ ਇਹ ਕੌਮ ਮਰਜੂਗੀ। ਜੇਕਰ ਤੁਸੀਂ ਸੱਚੇ ਦੇਸ਼ ਭਗਤ ਹੋ, ਤੁਹਾਡਾ ਫਰਜ਼ ਹੈ ਕਿ ਤੁਸੀਂ ਸਿੱਖਾਂ ਨੂੰ ਚੇਤਨਤਾ ਤੇ ਮਾਣ ਸਤਿਕਾਰ ਰੱਖਣ ਦੀ ਆਗਿਆ ਦੇਵੋ। ਇਹ ਕੌਮ ਦੀ ਕਾਇਮੀ ਦੇ ਨਾਂ ਤੇ ਸਿੱਖਾਂ ਦੀ ਵੱਖਰੀ ਹਸਤੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਤੁਹਾਡੇ ਤਰਫੋਂ ਮਹਾਨ ਗਲਤੀ ਹੈ। ਅਸੀਂ ਸਿੱਖ ਇੱਕੋ ਗੱਲ ਤੇ ਮਾਣ ਕਰਦੇ ਹਾਂ ਤੇ ਇਹ ਹੈ ਸਵੈਮਾਣ। ਜੇਕਰ ਅਸੀਂ ਆਪਣੀ ਵੱਖਰੀ ਹਸਤੀ ਗਵਾ ਲਈ ਤਾਂ ਅਸੀਂ ਆਪਣੇ ਸਵੈਮਾਨ ਲਈ ਕਿੱਧਰ ਜਾਵਾਂਗੇ? ਜੇਕਰ ਸਾਡੀ ਹਸਤੀ ਖਤਮ ਕਰ ਦਿੱਤੀ ਤਾਂ ਤੁਸੀਂ ਖੁਦ ਆਪਣਾ ਇੱਕ ਅਣਖੀਲਾ ਫੌਜੀ ਵਿੰਗ ਖਤਮ ਕਰ ਰਹੇ ਹੋਵੋਗੇ। ਜੇ ਇੱਕ ਕੌਮ ਦੀ ਮਜ਼ਬੂਤੀ ਦੇ ਰਾਹ ਦੇ ਵਿੱਚ ਰੁਕਾਵਟ ਬਣੂਗਾ, ਤੁਹਾਡੇ ਤੇ ਨਿਰਭਰ ਹੈ ਕਿ ਇਸ ਬਾਰੇ ਸੋਚੋ, ਆਪਣੀ ਕੌਮੀ ਫੌਜ ਨੂੰ ਤਬਾਹ ਨਾ ਕਰੋ। ਹੁਣ ਕੀ ਕਹਿ ਰਿਹਾ, ਅੰਗਰੇਜ਼ੀ ਤੋਂ ਲੱਥਾ ਵੀ ਨੇਸ਼ਨ ਦੀ ਗੱਲ, ਇੱਕ ਕੌਮ ਦੀ ਗੱਲ ਤਾਂ ਕਰ ਰਿਹਾ, ਪਰ ਉਹ ਨਾਲ ਹੀ ਉਸ ਗੱਲ ਨੂੰ ਇਹ ਕਹਿ ਰਿਹਾ ਵੀ ਅਸੀਂ ਤਾਂ ਫੌਜੀ ਵਿੰਗ ਆ ਤੁਹਾਡਾ। ਉਹੀ ਜਿਵੇਂ ਮੈਂ ਪਹਿਲਾਂ ਕਿਹਾ, ਜੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਧਰਮ ਦੀ ਰੱਖਿਆ ਦੇ ਲਈ ਇੱਕ ਦੇਸ਼ ਦੀ ਚਾਦਰ ਕਹਿ ਕੇ ਜਿਹੜਾ ਪ੍ਰਗਟਾਇਆ ਜਾਂਦਾ, ਕੀ ਉਸ ਸਮੇਂ ਜੇ ਹਿੰਦੂ ਧਰਮ ਹਿੰਦੂ ਰਾਜਿਆਂ ਵੱਲੋਂ ਮੁਸਲਮਾਨ ਧਰਮ ਨੂੰ ਖਤਮ ਕੀਤਾ ਜਾਂਦਾ, ਕੀ ਗੁਰੂ ਤੇਗ ਬਹਾਦਰ ਸਾਹਿਬ ਮੁਸਲਮਾਨਾਂ ਦੇ ਲਈ ਸ਼ਹੀਦੀ ਦਿੰਦੇ? ਬਿਲਕੁਲ ਦਿੰਦੇ। ਉਹਨਾਂ ਨੇ ਧਰਮ ਨੀ, ਧਰਮ ਦੀ ਪ੍ਰੈਕਟਿਸ ਕਿਵੇਂ ਕਰਨੀ ਹੈ ਉਸ ਨੂੰ ਰੋਕਣ ਤੇ ਸ਼ਹੀਦੀ ਦਿੱਤੀ। ਔਰੂ ਹਿੰਦ ਦੀ ਚਾਦਰ, ਉਹ ਸ਼ਬਦ ਨੇ, ਲਕਬ ਨੇ ਜਿਹੜੇ ਉਸ ਸਮੇਂ ਦੇ ਚੀਜ਼ਾਂ ਨੇ ਦਿੱਤੇ। ਬਰਾਬਰਤਾ ਦੀ ਗੱਲ ਪਹਿਲੇ ਪਾਤਸ਼ਾਹ ਤੋਂ ਦਸਵੇਂ ਪਾਤਸ਼ਾਹ ਤੱਕ ਚੱਲੀ ਹੈ, ਬਰਾਬਰਤਾ ਦੀ ਗੱਲ ਹੈ ਸਾਰਿਆਂ ਨੂੰ। ਤਾਂ ਹੀ ਤਾਂ ਦਸਵੇਂ ਪਾਤਸ਼ਾਹ ਨੂੰ, ਚਾਹੇ ਭੀਖਣ ਸ਼ਾਹ ਜਿਹੜਾ ਉਹ ਕੜਾਮ ਤੋਂ ਤੁਰਦਾ ਕੁੱਜੀਆਂ ਤੇ ਹੱਥ ਰਖਾਉਂਦਾ, ਤੇ ਪੀਰ ਬੁੱਧੂ ਸ਼ਾਹ ਕਹਿੰਦੇ ਨੇ ਕੰਘਾ ਹੀ ਦੇ ਦਿਓ ਇੱਕ, ਜਿਹਦੇ ਚ ਵਾਲ ਨੇ ਸਿਰ ਤੇ, ਸ਼ਹੀਦੀਆਂ ਹੋ ਰਹੀਆਂ ਨੇ। ਕਿਉਂਕਿ ਉਹ ਕਹਿੰਦੇ ਵੀ ਅੱਜ ਦੂਜੇ ਪਾਸਿਓਂ ਅੱਲਾ ਅੱਜ ਪਟਨੇ ਚ ਚੜ ਗਿਆ, ਪੂਰਬ ਦੇ ਵਿੱਚ ਜਿਹੜਾ ਦੇਸ਼ ਨੂੰ ਅੱਜ ਤੁਸੀਂ ਅੱਲਾ ਨੂੰ ਦੇਖ ਸਕਦੇ ਹੋ, ਜਿਹੜੇ ਮੁਸਲਿਮ ਫਕੀਰ ਨੇ। ਬਰਾਬਰਤਾ ਹੁਣ ਕੌਣ, ਮਾਸਟਰ ਤਾਰਾ ਸਿੰਘ ਇਹਦੇ ਚ ਕੀ ਕਹਿ ਰਹੇ ਨੇ? ਵਿਰੋਧੀ ਧਿਰ ਵੀ ਇਹੀ ਕਹਿ ਰਹੇ, ਫੌਜੀ ਸੰਗਠਨ ਉਹ ਵਾਰੀਅਰ ਗਰੁੱਪ ਹੋ ਸਾਡਾ, ਤੇ ਉਹ ਵੀ ਇਹ ਮੰਨ ਰਹੇ। ਤੇ ਇਹਦੇ ਵਿੱਚ ਹੁਣ ਜੇ ਕਹੀਏ ਵੀ ਉਹਨਾਂ ਦੀ ਭਾਵਨਾ ਹੈ, ਅਰਥ ਉਹਨਾਂ ਦੇ ਕੀ ਨੇ, ਹਾਂ ਜਾਂ ਨਾ, ਉਹ ਸਿੱਖ ਧਰਮ ਦੇ ਵਿੱਚ ਕਿਹੜੇ ਸੰਸਕਾਰਾਂ ਦੇ ਥੱਲੇ ਉਹ ਬੋਲ ਰਹੇ ਨੇ, ਇਹ ਤਾਂ ਹੁਣ ਉਹ ਜਵਾਬ ਉਹੀ ਦੇ ਸਕਦੇ ਨੇ। ਸਮਾਂ ਲੰਘ ਗਿਆ, ਆਪਾਂ ਤਾਂ ਇੱਕ ਗੱਲ ਕਰ ਰਹੇ ਹਾਂ, ਪਰ ਇਹਦੇ ਵਿੱਚੋਂ ਭਾਵਨਾ ਕੀ ਹੈ?
ਸਵੈ ਮਾਣ ਆਜ਼ਾਦੀ ਪਰ ਅਸੀਂ ਤੁਹਾਡਾ ਫੌਜੀ ਵਿੰਗ ਆ। ਇਸੇ ਤਰ੍ਹਾਂ ਹੀ ਮਾਸਟਰ ਤਾਰਾ ਸਿੰਘ ਵੱਲੋਂ ਵੀ ਬਹੁਤ ਇਹ ਇਸ ਗੱਲ ਤੇ ਜ਼ੋਰ ਦੇਣ ਦੀ ਗੱਲ ਕਿ ਸਿੱਖ ਧਰਮ ਦੀ ਸਥਾਪਨਾ ਜਿਹੜੀ ਹੋਈ ਹਿੰਦੂ ਧਰਮ ਦੀ ਰਾਖੀ ਦੇ ਲਈ ਹੈ ਉਹ ਉੱਥੇ ਹੀ ਆ ਕੇ ਆਪਣੇ ਆਪ ਨੂੰ ਖੜਾ ਰਿਹਾ। ਜਿਹੜਾ ਉਹ ਕਹਿ ਰਹੇ ਨੇ ਰਾਜੇ ਵੀ ਇਹੀ ਕਹਿ ਰਹੇ ਸੀ ਦਿੱਲੀ ਵਾਲੇ ਵੀ ਇਹਨੇ ਅਲੱਗ ਅਲੱਗ ਕੁਛ ਨੀ, ਤੁਸੀਂ ਤਾਂ ਬਸ ਸਾਡੇ ਵਾਰੀਅਰ ਹੋ। ਜਵਾਹਰ ਲਾਲ ਨਹਿਰੂ ਵੀ ਕਹਿੰਦੇ ਤੁਸੀਂ ਆਜ਼ਾਦੀ ਲੈ ਕੇ ਦਿੱਤੀ ਹੈ, ਜੇ ਨਹੀਂ ਕੁਛ ਦੇਵਾਂਗੇ ਤੁਸੀਂ ਉਹ ਲੈ ਲਿਓ ਵਾਪਸ। ਸਰਦਾਰ ਕਪੂਰ ਸਿੰਘ ਹੋਣੀ ਵੀ ਸਰਦਾਰ ਕਪੂਰ ਸਿੰਘ ਉਹਨਾਂ ਦੀ ਜ਼ਿੰਦਗੀ ਦੀ ਉਹਨਾਂ ਜੀਵਨੀ ਦੇ ਵਿੱਚ ਬਹੁਤ ਵੱਡੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ, ਜਿਹਦੇ ਵਿੱਚ ਸਿੱਖਾਂ ਦੇ ਘਰ ਦੇ ਲਈ, ਸਿੱਖਾਂ ਦੇ ਵੱਧ ਅਧਿਕਾਰਾਂ ਦੇ ਲਈ। ਪਰ ਸੇਮ ਟੋਕਨ ਤੇ ਉਹ ਪਤਾ ਨੀ ਕਿਹੜੀ ਗੱਲ ਤੋਂ ਉਹ ਗੱਲ ਇਹ ਕਹਿੰਦੇ ਸੀ, ਉਹ ਅਖੰਡ ਭਾਰਤ ਦੀ ਗੱਲ ਵੀ ਉਸੇ ਸਮੇਂ ਦੇਸ਼ ਦੀ, ਦੇਸ਼ ਦੀ, ਭਾਰਤੀ ਕੌਮ ਦੀ ਗੱਲ ਵੀ ਉਸੇ ਤਰ੍ਹਾਂ ਕਰਦੇ ਸੀ। ਅਖੰਡ ਭਾਰਤ ਦਾ ਸੰਕਲਪ ਉਹਨਾਂ ਦੇ ਵਿੱਚ ਬਹੁਤ ਕਾਇਮ ਸੀ ਤੇ ਉਹ ਸਦਾ ਹੀ ਇਹ ਗੱਲ ਹਿੰਦੂਆਂ ਨੂੰ ਉਹ ਇਹ ਉਹਨਾਂ ਦੇ ਪ੍ਰਤੀ ਗਿਲਾ ਸੀ ਕਿ ਉਹ ਆਪਣੇ ਮੂਲ ਨਾਲ ਵਫ਼ਾਦਾਰ ਨਹੀਂ ਰਹੇ ਤੇ ਸਿੱਖ ਪੁਰਾਤਨ ਹਿੰਦੂ ਜਾਤੀ ਦੀ ਇਸ ਮੂਲ ਵਿਰਾਸਤ ਦੇ ਅਸਲੀ ਤੇ ਸੱਚੇ ਪਹਿਰੇਦਾਰ। ਸਰਦਾਰ ਕਪੂਰ ਸਿੰਘ ਇਹ ਗੱਲ ਕਹਿੰਦੇ ਪੰਜਾਬ ਸੂਬੇ ਦੀ ਸਥਾਪਨਾ ਦੇ ਮੌਕੇ ਲੋਕ ਸਭਾ ਦੇ ਅੰਦਰ ਵੀ ਪੁਨਰਗਠਨ ਜਦ ਗਠਨ ਬਿੱਲ ਤੇ ਬਹਿਸ ਹੋਈ ਸਤੰਬਰ 1966 ਚ ਤੇ ਉਹਦੇ ਵਿੱਚ ਵੀ ਉਹਨਾਂ ਨੇ ਇਸੇ ਤਰ੍ਹਾਂ ਸਿੱਖ ਹੋਮਲੈਂਡ ਤਾਂ ਮੰਗਦੇ ਨੇ, ਨਾਲ ਹੀ ਉਹ ਅਖੰਡ ਭਾਰਤ ਦੇ ਸੰਕਲਪ ਦੇ ਵਿੱਚ ਵੀ ਗੱਲ ਸਵੈ ਵਿਰੋਧੀ ਦੋਨੇ ਚੀਜ਼ਾਂ ਨੇ। ਸਮਝ ਨਹੀਂ ਆਉਂਦਾ ਵੀ ਜੇ ਇੱਕ ਦੇਸ਼ ਦੇ ਵਿੱਚੋਂ ਤੁਸੀਂ ਆਪਣਾ ਇੱਕ ਖਿੱਤਾ ਮੰਗ ਰਹੇ ਹੋ ਉਹਦੇ ਵਿੱਚ ਨਾਲ ਹੀ ਅਖੰਡ ਦੀ ਵੀ ਗੱਲ ਕਰ ਰਹੇ। ਹੁਣ ਇਹ ਪੋਲੀਟੀਕਲ ਲੀਡਰਾਂ ਦੀ ਗੱਲ ਹੈ, ਥੱਲੇ ਖਲਕਤ ਕਿਵੇਂ ਆ, ਦੋਨੇ ਕੌਮਾਂ ਕਿਵੇਂ ਨੇ, ਕਿਉਂਕਿ ਇੱਕ ਤਾਂ ਅਲੱਗ ਹੋ ਗਏ, ਦੋ ਕੌਮਾਂ ਬਸਦੀਆਂ ਪੰਜਾਬ ਦੇ ਵਿੱਚ, ਉਹ ਲੋਕ ਕਿਵੇਂ ਸੋਚਦੇ ਨੇ ਇਸ ਦੀ ਇਹਦੇ ਬਾਰੇ ਤਾਂ ਨਹੀਂ ਇਹ ਦੱਸ ਸਕਦੇ। ਪਰ ਜਿਹੜੀ ਇਹਨਾਂ ਦੋਨੇ ਲੀਡਰਾਂ ਦੀ ਨੇਕ ਨੀਤੀ ਤੇ ਇਨਸਾਫ਼ ਤੇ ਜਿਹੜੀ ਗੱਲ ਉਹਨਾਂ ਨੇ ਪਹਿਲਾਂ ਰਲਾ ਤੇ ਫਿਰ 15 ਨਵੰਬਰ 1948 ਨੂੰ ਜਦ ਉਹਨਾਂ ਨੇ ਕਿਹਾ ਵੀ ਨਾ ਇਹਨਾਂ ਨੂੰ ਕੱਖ ਨੀ ਚਾਹੀਦਾ, ਜਦ ਉਹਨਾਂ ਨੇ ਇੱਕ ਵਾਰ ਮਾਸਟਰ ਤਾਰਾ ਸਿੰਘ ਨੇ ਕਿਹਾ ਕਹਿੰਦਾ ਮੈਂ ਹਾਲਾਂ ਤਾਈਂ ਕਿਸੇ ਵੀ ਅਜਿਹੇ ਗੈਰ ਪੰਜਾਬੀ ਹਿੰਦੂ ਨੂੰ ਨਹੀਂ ਮਿਲਿਆ ਜੋ ਕਿ ਸਿੱਖ ਵਿਰੋਧੀ ਹੋਵੇ, ਇੰਨੀ ਗੱਲ ਜਦ ਕੀਤੀ 8 ਦਿਨਾਂ ਬਾਅਦ ਘੱਟ ਗਿਣਤੀ ਜਿਹੜੀ ਸਬ ਕਮੇਟੀ ਨਹਿਰੂ ਪਟੇਲ ਤੇ ਰਜਿੰਦਰ ਪ੍ਰਸ਼ਾਦ ਜਿਹੜੇ ਪੰਜਾਬ ਤੋਂ ਬਾਹਰਲੇ ਸੀ ਤਾਂ ਉਹਨਾਂ ਨੇ ਮਾਸਟਰ ਤਾਰਾ ਸਿੰਘ ਦੇ ਇਸੇ ਗੱਲ ਤੇ ਅੰਤਮ ਫੈਸਲਾ ਸੁਣਾ ਦਿੱਤਾ ਕਿ ਕੋਈ ਖਾਸ ਅਧਿਕਾਰ ਨਹੀਂ ਇਹਨਾਂ ਨੂੰ ਮਿਲਣਾ ਚਾਹੀਦਾ ਜਿਹੜੀ ਮੈਂ ਪਹਿਲਾਂ ਗੱਲ ਕੀਤੀ। ਸਰਦਾਰ ਕਪੂਰ ਸਿੰਘ ਉਹਨਾਂ ਤੇ ਜਦ ਉਹਨਾਂ ਨਾਲ ਕੋਈ ਗੱਲ ਕਰਦੇ ਸਾਰੀ ਜ਼ਿੰਦਗੀ ਉਹ ਪ੍ਰਭੂ ਸੱਤਾ ਸੰਪੰਨ ਇੱਕ ਸਿੱਖ ਰਾਜ ਦੀ ਗੱਲ ਕਰਦੇ ਰਹੇ ਤੇ ਪੰਜਾਬੀਅਤ ਦੀ ਧਾਰਨਾ ਦੇ ਉਹ ਨਿੰਦਕ ਵੀ ਰਹੇ, ਸਿੱਖ ਕੌਮ ਦੇ ਰਾਜਸੀ ਨਿਸ਼ਾਨੇ ਬਾਰੇ ਗਰਮ ਦਲੀ ਉਹਨਾਂ ਦਾ ਪੈਂਤੜਾ ਰਿਹਾ ਸਾਰੀ ਜ਼ਿੰਦਗੀ ਤੇ, ਪਰ ਨਾਲ ਹੀ ਜਿਹੜੀ ਮੈਂ ਹੁਣ ਤੁਹਾਨੂੰ ਦੱਸ ਕੇ ਹਟਿਆ ਵੀ ਉਹ ਇਹ ਵੀ ਕਹਿੰਦੇ ਰਹੇ ਵੀ ਨਹੀਂ ਇਹ ਨੀ ਅਖੰਡ ਜਿਹੜੀ ਭਾਰਤ ਆ ਇਹ ਵੀ ਨਾਲ ਹੀ ਹੁਣ ਜਾਂ ਸ਼੍ਰੋਮਣੀ ਅਕਾਲੀ ਦਲ 1948 ਚ ਕਾਂਗਰਸ ਪਾਰਟੀ ਚ ਬਿਲਕੁਲ ਸ਼ਾਮਿਲ ਹੋ ਗਿਆ ਤਾਂ ਹੋਰ ਵੀ ਬਹੁਤ ਲੋਕ ਸੀ ਜਿਹੜੇ ਹੁਣ ਦੇਖਦੇ ਸੀ ਵੀ ਇਹ ਰੂਲਿੰਗ ਪਾਰਟੀ ਆ, ਵੱਡਾ ਇਹ ਆ, ਦੇਸ਼ ਦੇ ਉੱਪਰ ਇਹ ਆ ਤੇ ਕਾਂਗਰਸ ਚ ਸ਼ਾਮਿਲ ਹੋਣ ਨੂੰ ਪਹਿਲਾਂ ਵੀ ਮਨ, ਜਿਹਦੀ ਮੇਨ ਅਕਾਲੀ ਦਲ ਦੀ ਪ੍ਰਧਾਨਗੀ ਜਿਹੜੇ ਕਰਦੇ ਗਿਆਨੀ ਕਰਤਾਰ ਸਿੰਘ ਇਸ ਗਰੁੱਪ ਦੇ ਲੀਡਰ ਸੀ। ਮਾਸਟਰ ਤਾਰਾ ਸਿੰਘ ਨੇ ਜ਼ਿਆਦਾ ਮਾੜਾ ਜਿਹਾ ਕਹਿਤਾ ਵਰਕਿੰਗ ਕਮੇਟੀ ਨੇ ਤੇ ਉਹ ਜਾ ਵੜੇ। ਉਸ ਤੋਂ ਬਾਅਦ ਪੰਜਾਬ ਦੇ ਕਾਂਗਰਸੀ ਮੁੱਖ ਮੰਤਰੀ ਗੋਪੀ ਚੰਦ ਭਾਰਗੋ ਦੇ ਵਿੱਚ ਪੰਜਾਬ ਸਰਕਾਰ ਨੇ ਜੂਨ 1948 ਚ ਇੱਕ ਹੋਰ ਸਰਕੂਲਰ ਦਿੱਤਾ। ਉਹ ਕਹਿੰਦਾ ਵੀ ਸਿੱਖਿਆ ਦੇ ਮਾਧਿਅਮ ਸੰਬੰਧੀ ਸਰਕੂਲਰ ਇਹ ਆ ਕਿ ਪੰਜਾਬ ਅੰਦਰ ਹਿੰਦੀ ਨੂੰ ਵੀ ਪੰਜਾਬ ਦੇ ਪੰਜਾਬੀ ਦੇ ਬਰਾਬਰ ਫਿਰਕੂ ਅਮਲ ਦੇ ਵਿੱਚ ਜਿਹੜਾ ਲਿਆਂਦਾ ਜਾਊਗਾ, ਰਸਮੀ ਇਹਦਾ ਉਦਘਾਟਨ ਕਰ। ਸਿੱਖਾਂ ਨੇ ਇਸ ਦੇ ਖਿਲਾਫ ਗੱਲ ਕਰ ਦਿੱਤੀ ਬਈ ਇਹ ਕਿਉਂ ਕੀਤਾ। ਜਦੇ ਜਲੰਧਰ ਵਾਲੀ ਪ੍ਰੈਸ ਉਹ ਕਹਿੰਦੇ ਅੱਛਾ ਤੁਸੀਂ ਤਾਂ ਸਿੱਖਸਤਾਨ ਦੀ ਗੱਲ ਕਰਦੇ ਹੋ, ਫਿਰ ਇਹਦੇ ਚ ਪੰਜਾਬੀ ਤੋਂ ਬਿਨਾਂ ਕੋਈ ਹੋਰ ਹੈ ਹੀ ਨੀ ਬੰਦਾ ਇਹਦਾ ਮਤਲਬ। ਔਰ ਬਸੋਂ ਉਹਦੇ ਵਿੱਚ ਹੁਣ ਵੀ 95% ਪੰਜਾਬੀ ਬੋਲਦੇ ਆ ਪੰਜਾਬ ਦੇ ਵਿੱਚ ਲੋਕ ਅੱਜ ਵੀ, ਤੇ
ਇਹ ਜਿਹੜੀ ਗੱਲ ਜਦ ਇਸਦਾ ਵਿਰੋਧ ਹੋਇਆ ਵੀ ਜਦ ਗੋਪੀ ਚੰਦ ਭਾਰਗਵ ਨੇ ਕਹਿ ਤਾ ਵੀ ਹਿੰਦੀ ਵੀ ਬਰਾਬਰ ਹੈ ਤਾਂ ਅਕਾਲੀ ਦਲ ਜਿਹੜਾ ਆਪਣੇ ਸੰਘਰਸ਼ ਦੇ ਰਾਹ ਪੈ ਗਿਆ ਤੇ ਉਸ ਤੋਂ ਬਾਅਦ 20 ਫਰਵਰੀ ਨੂੰ ਦਿੱਲੀ ਦੇ ਵਿੱਚ 49 ਨੂੰ ਜਦ ਇੱਕ ਸਿੱਖ ਕਾਨਫਰੰਸ ਕਰਨ ਦਾ ਜਿਹੜਾ ਫੈਸਲਾ ਹੋਇਆ ਕਾਂਗਰਸੀ ਹਾਕਮ ਕਾਇਮ ਹੋ ਗਏ ਪਟੇਲ ਨੇ ਲੋਹ ਪੁਰਸ਼ ਦਾ ਜਿਹੜੀ ਸਬੂਤ ਦੇਣ ਲਈ ਸ਼ਹੀਦੀ ਦੀਵਾਨ ਤੇ ਸਖ਼ਤ ਪਾਬੰਦੀਆਂ ਮਾਸਟਰ ਤਾਰਾ ਸਿੰਘ ਨੂੰ ਦਿੱਲੀ ਨਹੀਂ ਜਾਣ ਤਾਂ ਨਰੇਲਾ ਸਟੇਸ਼ਨ ਤੋਂ ਫੜ ਕੇ ਅਲਮੋੜਾ ਜੇਲ੍ਹ ਚ ਚੱਕਤਾ ਬਾਕੀ ਵੀ ਫੜ ਲਏ ਅਪ੍ਰੈਲ ਦੇ ਵਿੱਚ ਅੰਮ੍ਰਿਤਸਰ ਚ ਸਿੱਖਾਂ ਨੇ ਹੋਰ ਬਹੁਤ ਵਿਸ਼ਾਲ ਕਾਨਫਰੰਸ ਕੀਤੀ ਜਿਸ ਚ ਸਾਰੇ ਸ਼ਾਮਿਲ ਹੋਏ ਤੇ ਉਹਦੇ ਬਾਅਦ ਜਦ ਇਹਦੇ ਤੇ ਵੱਡੇ ਇਸ ਇਕੱਠ ਦੇ ਵਿੱਚ ਮਾਸਟਰ ਤਾਰਾ ਸਿੰਘ ਦੇ ਨਾਲ ਹੋਰ ਅਕਾਲੀ ਆਗੂ ਵਰਕਰ ਤੇ ਉਹ ਵੀ ਜੇਲ੍ਹਾਂ ਚੋਂ ਬਾਹਰ ਆ ਗਏ ਸਿੱਖ ਕਨਵੈਨਸ਼ਨ ਹੋਈ ਤੇ ਜਿਹਦੀ ਹਾਜ਼ਰੀ ਦੇ ਵਿੱਚ ਜੋਸ਼ ਖਰੋਸ਼ ਇੰਨਾ ਸੀ ਕਿ ਕਾਂਗਰਸੀ ਪ੍ਰਭਾਵ ਜਿਹੜਾ ਰੁਲ ਗਿਆ ਫਰਵਰੀ 1953 ਚ ਅੰਮ੍ਰਿਤਸਰ ਚ ਪ੍ਰਿੰਸੀਪਲ ਤੇਜਾ ਸਿੰਘ ਦੀ ਅਗਵਾਈ ਚ ਇੱਕ ਸਰਬ ਪਾਰਟੀ ਸਿੱਖ ਕਨਵੈਨਸ਼ਨ ਹੋਈ ਜਿਸ ਚ ਵੱਡੀ ਗਿਣਤੀ ਚ ਬੁੱਧੀਜੀਵੀਆਂ ਨੇ ਭਾਰਤੀ ਹਾਕਮਾਂ ਦੀ ਸਿੱਖ ਦੁਸ਼ਮਣੀ ਤੇ ਸੋਚਣੀ ਨੂੰ ਦੀ ਕਰਾਰੇ ਲਫ਼ਜ਼ਾਂ ਦੇ ਵਿੱਚ ਨਿੰਦਿਆ ਕੀਤੀ ਇਹ ਵੀ ਕਾਨਫਰੰਸ ਵੱਡੀ ਹੋਈ 27 ਦਸੰਬਰ 1953 ਨੂੰ ਪੈਸੂ ਅੰਦਰ ਜਿਹੜੀਆਂ ਮੱਧਕਾਲੀ ਚੋਣਾਂ ਹੋ ਰਹੀਆਂ ਸੀ ਪੰਡਿਤ ਜਵਾਹਰ ਲਾਲ ਨਹਿਰੂ ਫਤਿਹਗੜ੍ਹ ਆਇਆ ਲੋਕਾਂ ਨੇ ਕਾਨਫਰੰਸ ਦੇ ਵਿੱਚ ਉਹਨੂੰ ਫਤਿਹਗੜ੍ਹ ਬੋਲਣ ਨਾ ਦਿੱਤਾ ਵਿੱਚੋਂ ਭੱਜਣਾ ਪਿਆ ਨਹਿਰੂ ਸੋ ਇਹਦੇ ਚ ਇਹ ਸੀ ਵੀ ਜ਼ੋਰ ਇੰਨਾ ਫੜ ਗਈ ਪੰਜਾਬੀ ਸੂਬੇ ਦੀ ਜਿਹੜੀ ਮੰਗ ਹੈ ਅੰਮ੍ਰਿਤਸਰ ਨੇ ਜ਼ਿਲ੍ਹਾ ਮੈਜਿਸਟਰੇਟ ਨੇ 6 ਅਪ੍ਰੈਲ 1950 ਨੂੰ ਪੰਜਾਬੀ ਸੂਬੇ ਦੇ ਨਾਅਰੇ ਤੇ ਪਾਬੰਦੀ ਲਾ ਲਈ ਤੇ 10 ਮਈ ਨੂੰ ਇਹਦੇ ਤੇ ਨਵਾਂ ਜਿਹੜਾ ਇੱਕ ਸੰਘਰਸ਼ ਹੋ ਗਿਆ ਭੀਮ ਚੰਦ ਸੱਚਰ ਦੀ ਅਗਵਾਈ ਹੇਠਲੀ ਪੰਜਾਬ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨੇ ਇਸ ਮੋਰਚੇ ਨੂੰ ਖਤਮ ਕਰਨ ਦੀ ਗੱਲ ਦਿੱਤੀ ਸਿੱਖ ਜਨਤਾ ਨੇ ਪ੍ਰਵਾਹ ਨਾ ਕੀਤੀ ਗ੍ਰਿਫਤਾਰੀਆਂ ਹੋ ਗਈਆਂ ਮੋਰਚੇ ਦਾ ਕੇਂਦਰ ਦਰਬਾਰ ਸਾਹਿਬ ਹੋਣ ਕਰਕੇ ਸਿੱਖ ਵਲੰਟੀਅਰ ਅੰਮ੍ਰਿਤਸਰ ਨੂੰ ਪਹੁੰਚਣ ਲੱਗ ਗਿਆ ਸੁਣਨ ਵਾਲੀ ਗੱਲ ਹੈ ਤੇ ਜਦ ਸਾਰਾ ਹੀ ਗਰਮੈਸ਼ ਹੋ ਗਈ 4 ਜੁਲਾਈ 1955 ਨੂੰ ਦਰਬਾਰ ਸਾਹਿਬ ਦੇ ਵਿੱਚ ਜਿਹੜੀ ਸੱਚਰ ਦੀ ਸਰਕਾਰ ਨੇ ਪੁਲਿਸ ਵਾੜ ਤੇ ਜਦ ਸਿੱਖ ਸੰਗਤਾਂ ਨੇ ਉੱਥੇ ਗੱਲ ਕੀਤੀ ਡਾਂਗਾਂ ਵਰਗੀਆਂ ਪਹਿਲੀ ਵਾਰ ਜਦ ਆਪਣੇ ਆਪ ਵੱਲੋਂ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਤੇ ਮਰਿਆਦਾ ਦੀ ਜਦ ਇਹ ਬੇਅਦਬੀ ਦਾ ਪਹਿਲਾ ਵਾਕਿਆ ਹੋਇਆ ਇੰਨਾ ਗੁੱਸਾ ਸਿੱਖਾਂ ਨੇ ਲਿਆ ਕਿ ਪੰਜਾਬੀ 12 ਜੁਲਾਈ ਨੂੰ ਪੰਜਾਬੀ ਸੂਬੇ ਦੇ ਨਾਅਰੇ ਤੋਂ ਨਾਲੇ ਤਾਂ ਪਾਬੰਦੀ ਹਟਾਈ ਨਾਲੇ ਭੀਮ ਸਿੰਘ ਸੱਚਰ ਨੇ ਆਪ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਸਿੱਖ ਕੌਮ ਕੋਲੋਂ ਇਸ ਚੀਜ਼ ਦੀ ਮਾਫ਼ੀ